वेलकम टू सेंचुरा इंटरनेशनल स्कूल्स वर्चुअल क्लासेस बेटा आज आपकी क्लास है इंग्लिश की तो अगर आपको कोई हिंदी में प्रॉब्लम आती है तो मैं पंजाबी में आ, बोल देता हूँ कई बच्चों का आ, मुझे आया है रिप्लाई कि आप पंजाबी में भी सर क्लास लगा दिया करो तो आज फिर मैं हम पंजाबी में शुरू करते हैं तो बेटा आज आप पढ़ना है अपना चैप्टर नंबर सेकेंड तो तुम पहला ये अपनी बुक निकालो बुक का नाम हैगा रीडो मेनिया ठीक है एन इंटीग्रेटिड स्किल्स बेस्ड कोर्स इन कम्युनिकेटिव इंग्लिश आई बुक है मेन कोर्स फाइव ठीक है ये बुक निकालो बेटा इसते अपना चैप्टर नंबर टू कर लेना चैप्टर नंबर टू टूँ नाम की है पीटर आ ब्रेव बॉय ठीक है पीटर आ ब्रेव बॉय आप पीटर बारे पढ़ना है कि जोड़ा एक बहादुर ब्रेब की बहादुर बहादुर, बहादुर बच्चा से पढ़ना है ਤੇ ਇਸ ਕਹਾਣੀ ਨੂੰ ਪੜ੍ਹਨ ਤੋਂ ਪਹਿਲਾਂ ਸਰੀ ਸਾਰੀ ਕਹਾਣੀ ਇਹ ਮੈਂ ਪੜ੍ਹਨੀ ਹੈ ਨਾ ਇਸ ਕਹਾਣੀ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਓਵਰਵਿਊ ਮਤਲਬ ਕਿ ਇੱਕ ਤਾਂ ਨਾ ਮੈਂ ਉਦਾਂ ਦੱਸਦਾ ਕਹਾਣੀ ਹੈਗੀ ਕੀ ਆ ਠੀਕ ਹੈ ਉਹਦੇ ਬਾਰੇ ਆਪਾਂ ਨੂੰ ਜਦੋਂ ਪਤਾ ਲੱਗ ਜਾਊਗਾ ਥੋੜਾ ਜਿਆ ਤਾਂ ਫਿਰ ਇਹ ਸਮਝਣਾ ਆਸਾਨ ਹੋ ਜਾਊਗਾ ਠੀਕ ਹੈ ਉਸ ਤੋਂ ਬਾਅਦ ਆਪਾਂ ਡਿਫਿਕਲਟ ਵਰਡ ਵੀ ਕਰਾਂਗੇ ਠੀਕ ਹੈ ਤੇ ਕਹਾਣੀ ਮੈਂ ਤੁਹਾਨੂੰ ਸਮਝਾਉਣਾ ਕਿ ਐਕਚੁਅਲ ਚ ਹੈਗਾ ਕੀ ਕਹਾਣੀ ਦੇ ਵਿੱਚ ਠੀਕ ਹੈ ਤੇ ਚਲੋ ਆਪਾਂ ਵਾਈਟ ਬੋਰਡ ਤੇ ਆ ਜਾਈਏ ਅ ਚਲ ਮੁੰਮੇ ਤਾਂ ਮੈਂ ਦੱਸਦਾ ਕਿ ਆਪਣਾ ਚੈਪਟਰ ਦਾ ਨਾਮ ਹੈਗਾ ਪੀਟਰ ਅ ਬਰੇਵ ਬாய் ਠੀਕ ਹੈ ਬਹਾਦਰ ਬੱਚਾ ਠੀਕ ਹੈ ਲੜਕਾ ਬੇਟਾ ਇਹਦੇ ਵਿੱਚ ਆਪਾਂ ਪੜ੍ਹਨਾ ਹੈ ਕਿ ਇਹਦੇ ਵਿੱਚ ਨਾ ਕੰਟਰੀ ਦੇ ਬਾਰੇ ਇੱਕ ਦੇਸ਼ ਦੇ ਬਾਰੇ ਗੱਲ ਕਰਦੇ ਆ ਜਿਹੜਾ ਦੇਸ਼ ਆਪਣੇ ਇੰਡੀਆ ਤੋਂ ਕਾਫੀ ਦੂਰ ਹੈ ਠੀਕ ਹੈ ਉਹਦਾ ਨਾਮ ਕੀ ਹੈਗਾ ਹੈ ਉਹਦਾ ਨਾਮ ਹੈਗਾ ਹਾਲੈਂਡ ਠੀਕ ਹੈ ਕੰਟਰੀ ਦਾ ਨਾਮ ਕੀ ਹੈ ਹਾਲੈਂਡ ਆਹ ਦਾ ਸਪੈਲਿੰਗ ਇਹ ਕੰਟਰੀ ਹੈ ਠੀਕ ਹੈ ਕੋਈ ਵੀ ਇੱਕ ਕੰਟਰੀ ਹੈ ਇਸ ਕੰਟਰੀ ਬਾਰੇ ਪਹਿਲਾਂ ਦੱਸ ਦਿਆ ਕਿ ਇਹ ਕੰਟਰੀ ਜਿਹੜੀ ਹੈ ਨਾ ਪਾਣੀ ਜਿਹੜਾ ਸਮੁੰਦਰ ਹੁੰਦੇ ਨਾ ਸਮੁੰਦਰ ਤੋਂ ਸਮੁੰਦਰ ਦੇ ਬਰਾਬਰ ਦਾ ਲੈਵਲ ਇਸ ਕੰਟਰੀ ਦਾ ਜਵੇਂ ਹੁਣ ਆਪਣਾ ਪੰਜਾਬ ਹੈ ਜਾਂ ਆਪਣਾ ਇੰਡੀਆ ਹੈ ਆਪਣਾ ਸਮੁੰਦਰ ਇੰਨਾ ਨਹੀਂ ਨਾ ਹੈਗਾ ਕਿ ਆਪਣਾ ਡੁੱਬ ਸਕਦਾ ਹੈ ਤਾਂ ਆਪਾਂ ਨੂੰ ਕੋਈ ਇੰਨੇ ਇੰਤਜ਼ਾਮ ਨਹੀਂ ਕਰਨੇ ਪੈਂਦੇ ਇਹ ਕੰਟਰੀ ਬੇਟਾ ਕਿੱਦਾਂ ਦੀ ਬਣੀ ਆ ਇਹ ਕੰਟਰੀ ਜੀ ਮੈਂ ਤੁਹਾਨੂੰ ਇਹ ਸਿੰਬਲ ਥੋੜਾ ਬਣਾ ਕੇ ਦੱਸਦਾ ਕਿ ਮੰਨ ਲਓ ਜਿਵੇਂ ਇਹ ਦਰਿਆ ਹੋਵੇ ਜਾਂ ਕੋਈ ਠੀਕ ਹੈ ਇਹਦਾ ਦਰਿਆ ਚੱਲਦਾ ਜਿਹੜਾ ਠੀਕ ਹੈ ਤੁਹਾਨੂੰ ਡਾਇਗ੍ਰam ਬਣਾ ਕੇ ਮੈਂ ਦੱਸ ਦਿਆਂ ਕਿ ਇਥੇ ਬਿਲੋ ਦਾ ਸੀ ਲੈਵਲ ਕਹਿੰਦੇ ਹੈ ਕੰਟਰੀ ਹੈ ਬਿਲੋ ਦਾ ਸੀ ਲੈਵਲ ਮਤਲਬ ਕਿ ਜਿੰਨੀ ਸਤ੍ਹਾ ਹੈ ਨਾ ਪਾਣੀ ਦੀ ਉਸ ਤੋਂ ਵੀ ਥੱਲੇ ਜਿਹੜੀ ਜਗ੍ਹਾ ਤੋਂ ਲੈਂਡ ਦੀ ਗੱਲ ਹੁੰਦੀ ਆ ਤੇ ਉਹਨਾਂ ਦਾ ਉਸ ਤੋਂ ਵੀ ਥੱਲੇ ਲੈਵਲ ਹੁੰਦਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਬਣਾ ਕੇ ਆ ਮਲੋ ਆ ਗੋ ਸਮੁੰਦਰ ਤੇ ਇੱਥੇ ਹੈਗੀ ਆ ਆ ਇੱਧਰ ਵਾਲੀ ਜਗ੍ਹਾ ਜਿਹੜੀ ਸਾਰੀ ਕੀ ਹੈ ਲੈਂਡ ਆ ਜਿੱਥੇ ਲੋਕ ਰਹਿੰਦੇ ਇੱਥੇ ਲੋਕ ਰਹਿੰਦੇ ਨੇ ਠੀਕ ਹੈ ਇੱਥੇ ਸਾਰੇ ਲੋਕ ਰਹਿੰਦੇ ਨੇ ਇਹ ਕੀ ਹੈ ਇਹਨੂੰ ਕਹਿੰਦੇ ਸੀ ਆ ਇਦਾਂ ਕੀ ਕਰਦੇ ਜਿਹੜਾ ਇਹ ਕੰਟਰੀ ਹੈ ਨਾ ਇਹ ਕੰਟਰੀ ਸਾਰੀ ਆਲੇ ਦੁਆਲੇ ਆਪਣੇ ਨਾ ਇੱਕ ਵਾਲ ਬਣਾ ਕੇ ਰੱਖਦੇ ਆ ਵਾਲ ਮਤਲਬ ਦੀਵਾਰ ਹੈ ਨਾ ਦੀਵਾਰ ਬਣਾ ਕੇ ਰੱਖਦੀ ਹੈ ਠੀਕ ਹੈ ਇੱਕ ਤਰ੍ਹਾਂ ਦੀ دیوار ਬਣਦੀ ਇੱਥੇ ਇਹ ਲਿਆ ਇਹ ਮਲੋ ਇਹ ਕੇ ਵੋਲ ਵੋਲ ਕੀ ਹੁੰਦਾ دیوار ਠੀਕ ਹੈ ਇਦਾਂ ਕਰ ਲਓ ਭਾਵੇਂ ਤੁਸੀਂ ਪ੍ਰੋਪਰ ਇਦਾਂ ਕਰਕੇ ਨਿਕ دیوار ਬੁਣਾ ਕੇ ਰੱਖਦੇ ਆ ਜਿਹੜੀ ਕੀ ਕਰਦੇ دیوارਸ ਬਣਾਉਂਦੀ ਆ ਕੁਝ ਸੈਂਡ ਦੇ ਡਿਊਨਸ ਹੀ ਹੁੰਦੇ ਆ ਮਿੱਟੀ ਦੇ ਪਹਾੜ ਬਣੇ ਹੁੰਦੇ ਆ ਕਿ ਜਿਹੜੇ ਪਾਣੀ ਤੋਂ ਬਚਾ ਕੇ ਰੱਖਦੇ ਕੁਝ ਪਹਾੜ ਬਚਾਈ ਜਾਂਦੇ ਕੁਝ ਉਹਨਾਂ ਦੇ ਮਿੱਟੀ ਦੀਆਂ ਜਿਹੜਾ ਟੀਲੇ ਉਹ ਬਚਾਈ ਜਾਂਦੇ ਤੇ ਕਿਤੇ ਜਗ੍ਹਾ ਤੇ ਇਹਨਾਂ ਨੇ ਖੁਦ ਕੰਧਾਂ ਕਰਨੀਆਂ ਪੈਂਦੀਆਂ ਜਿਹੜੀਆਂ ਪਾਣੀ ਦੇ ਵਿੱਚ ਨਾ ਆਵੇ ਤੇ ਜਿਹੜੇ ਲੋਕ ਆ ਫਿਰ ਲੋਕ ਕਿੱਥੇ ਰਹਿੰਦੇ ਆ ਜਿਹੜੇ ਲੋਕ ਉਹ ਇੰਨੀ ਜਗ੍ਹਾ ਤੇ ਰਹਿੰਦੇ ਠੀਕ ਹੈ ਇਸ ਜਗ੍ਹਾ ਤੇ ਇਹ ਲੋਕਾਂ ਦੇ ਘਰ ਬਣੇ ਆ ਇਦਾਂ ਇਹ ਜਾਨੂੰ ਇਸ ਕਰਕੇ ਦੱਸ ਰਿਹਾ ਕਿ ਤੁਹਾਨੂੰ ਪਹਿਲਾਂ ਪਤਾ ਲੱਗੇ ਜਦੋਂ ਆਪਾਂ ਚੈਪਟਰ ਪੜ੍ਹਾਂਗੇ ਉਹਨਾਂ ਨੇ ਕਹਿਣਾ ਹੈ ਬਿਲੋ ਦਾ ਸੀ ਲੈਵਲ ਸੀ ਕੀ ਹੈ ਸਮੁੰਦਰ ਹੁੰਦਾ ਠੀਕ ਹੈ ਇਦਾਂ ਦੇਖ ਤੇ ਇੱਧਰ ਵੀ ਘਰ ਹੋਣਗੇ ਕੁਝ ਮੰਨ ਲਓ ਠੀਕ ਹੈ ਆ ਮੈਂ ਰਫ ਡਾਇਗ੍ਰਾਮ ਨਾਲ ਰਿਆਂ ਕਰਦੀ ਤੁਸੀਂ ਇਦਾਂ ਦਾ ਕੁਝ ਨਹੀਂ ਕਰਨਾ ਇਹ ਸਿਰਫ ਤੁਹਾਡੇ ਦੇ ਸਮਝਣ ਲਈ ਹੈ ਠੀਕ ਹੈ ਤੇ ਆ ਮੰਨ ਲਓ ਘਰ ਤੇ ਇੱਥੇ ਆ ਕੋਈ ਸੜਕ ਜਾਂਦੀ ਹੈ ਠੀਕ ਆਹ ਬੇਟਾ ਸਿਸਟਮ ਹੈ ਸਾਰੀ ਕੰਟਰੀ ਦਾ ਹੌਲੈਂਡ ਦਾ ਕਿ ਇੱਕ ਬੰਨੇ ਸਮੁੰਦਰ ਆ ਦੂਜੇ ਬੰਨੇ ਜਗ੍ਹਾ ਰਹਿੰਦੀ ਤੇ ਵਿਚਕਾਰ ਉਹਨਾਂ ਨੇ ਕੰਧਾਂ ਕੀਤੀਆਂ ਮਤਲਬ ਕਿ ਵਾਲਸ ਕੀਤੀਆਂ ਦਿਵਾਰਾਂ ਕੀਤੀਆਂ ਕਿ ਪਾਣੀ ਤੋਂ ਪ੍ਰੋਟੈਕਸ਼ਨ ਹੋ ਸਕੇ ਪਾਣੀ ਇੱਧਰ ਨਾ ਆਵੇ ਠੀਕ ਹੈ ਜੇ ਪਾਣੀ ਇੱਧਰ ਆਊਗਾ ਸਾਰੇ ਡੁੱਬ ਜਾਣਗੇ ਠੀਕ ਹੈ ਇਸ ਕੰਟਰੀ ਦੀ ਇਹ ਸਾਰਾ ਸਿਸਟਮ ਹੈ ਹੁਣ ਕਹਾਣੀ ਜਿਹੜੀ ਦੱਸਦੇ ਪਏ ਪੀਟਰ ਦੀ ਪੀਟਰ ਇੱਕ ਲੜਕਾ ਹੈ ਉਹਨੇ ਕੀ ਕੀਤਾ ਕਿ ਉਹਦੀ ਕਹਾਣੀ ਸ਼ੁਰੂ ਕਿੱਧਰੋਂ ਹੁੰਦੀ ਹੈ ਕਿ ਪੀਟਰ ਦੇ ਮਦਰ ਪੀਟਰ ਨੂੰ ਕਹਿੰਦੇ ਆ ਕਿ ਮੈਂ ਹੈਂਸ ਹੈਂਸ ਨਾਂ ਦਾ ਇੱਕ ਆਦਮੀ ਆ ਉਹਨਾਂ ਦਾ ਫਰੈਂਡ ਹੁੰਦਾ ਹੈ ਠੀਕ ਹੈ ਚਲੋ ਆਪਾਂ ਥੋੜਾ ਜਿਹਾ ਅੱਗੇ ਅੱਗੇ ਕਰਦੇ ਇਹਨਾਂ ਨੂੰ ਠੀਕ ਆ ਤੁਹਾਨੂੰ ਸਮਝ ਲੱਗ ਗਈ ਹੁਣ ਕੀ ਹੈ ਕਹਾਣੀ ਸ਼ੁਰੂ ਹੁੰਦੀ ਹੈ ਹੈਂਸ ਤੋਂ ਹੈਂਸ ਕੌਣ ਹੈ ਆਪਾਂ ਨਾਮ ਨਾਮ ਨਾਲ ਕਰੈਕਟਰ ਦੇ ਨਾਮ ਨਾਮ ਨਾਲ ਉਹਨਾਂ ਦੇ ਨਾਮ ਲਿਖੀ ਜਾਵਾਂਗੇ ਜਿਹੜੇ ਜਿਹੜੇ ਵਿੱਚ ਹੋਣਗੇ ਹੈਂਸ ਕੌਣ ਹੈ ਪੀਟਰ ਦੇ ਮਦਦ ਦਾ ਫਰੈਂਡ ਪੀਟਰਸ ਮਦਰ ਫਰੈਂਡ ਠੀਕ ਹੈ ਪੀਟਰ ਦੇ ਮਦਰ ਪੀਟਰ ਨੂੰ ਕਹਿੰਦੇ ਆ ਕਿ ਮੈਂ ਹੈਂਸ ਵਾਸਤੇ ਕੁਝ ਬਣਾਇਆ ਏ ਤੇ ਤੂੰ ਇੰਜ ਕਰ ਕਿ ਹੁਣੇ ਜਾ ਤੇ ਇਹ ਚੀਜ਼ ਉਹਨਾਂ ਨੂੰ ਦੇ ਆ ਠੀਕ ਹੈ ਮੰਨ ਲਓ ਬਿਸਕੁਟ ਬਣਾਇਆ ਏ ਇਹ ਉਹਨਾਂ ਨੂੰ ਦੇ ਆਓ ਤੇ ਕੀ ਕਰਨਾ ਕਿ ਤੂੰ ਜਿੰਨੀ ਜਦੋਂ ਜਾਏਗਾ ਤੇ ਉੱਥੇ ਖਲੋਣਾ ਨਹੀਂ ਆ ਉੱਥੇ ਉਸੇ ਵਕਤ ਵਾਪਸ ਆਇਆ ਨਾ ਕਿਉਂਕਿ ਉੱਥੇ ਜਾਣ ਝ ਵੀ ਟਾਈਮ ਲੱਗਣਾ ਹੈ ਆਉਣ ਝ ਵੀ ਟਾਈਮ ਲੱਗਣਾ ਹੈ ਤੇ ਸਨਸੈਟ ਸਨਸੈਟ ਦਾ ਮਤਲਬ ਹੁੰਦਾ ਕਿ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਤੂੰ ਘਰੇ ਆ ਜਾਣਾ ਚਾਹੀਦਾ ਠੀਕ ਹੈ ਤੇ ਘਰੇ ਆਉਂਦਾ ਇੱਕੋ ਤਰੀਕਾ ਹੈ ਕਿ ਇੱਕ ਤਾਂ ਉੱਥੋਂ ਜਲਦੀ ਤੁਰੇ ਤੇ ਦੂਸਰਾ ਕੀ ਹੈ ਰਸਤੇ ਦੇ ਵਿੱਚ ਕਿਤੇ ਵੀ ਕੋਈ ਗੇਮ ਨਹੀਂ ਖੇਡਣੀ ਕੋਈ ਕੋਈ ਪਲੇ ਨਹੀਂ ਕੋਈ ਵੀ ਖੜਨਾ ਠੀਕ ਹੈ ਬੱਚਿਆਂ ਨਾਲ ਖੜਨ ਨਹੀਂ ਲੈ ਆਪਣਾ ਤੂੰ ਸਿੱਧਾ ਅੱਧ ਘਰੇ ਆਉਣਾ ਠੀਕ ਹੈ ਐਨੀ ਸਟੋਰੀ ਸਮਝ ਲੱਗੀ ਚਲੋ ਅਗਲਾ ਪਾਠ ਕੀ ਹੈ ਕਿ ਹੁਣ ਪੀਟਰ ਜਾਂਦਾ ਪੀਟਰ ਚੱਲ ਗਿਆ ਕਿਹਦੇ ਕੋਲ ਹੈਂਸ ਕੋਲ ਠੀਕ ਹੈ ਉੱਥੇ ਹੈਂਸ ਇਹਨੂੰ ਥੋੜਾ ਚਿਰ ਬਿਠਾ ਲੈਂਦਾ ਪੀਟਰ ਨੂੰ ਤੇ ਆਪਣੀ ਸਟੋਰੀ ਸ਼ੁਰੂ ਕਰ ਲੈਂਦਾ ਕਿ ਮੈਂ ਏਦਾਂ ਸਮੁੰਦਰੀ ਜਹਾਜ਼ ਤੇ ਜਾਂਦਾ ਹੁੰਦਾ ਸੀ ਏਦਾਂ ਏਰਥਕੁਇਕ ਆਇਆ ਠੀਕ ਹੈ ਏਰਥਕੁਇਕ ਦਾ ਮਤਲਬ ਕੀ ਹੁੰਦਾ ਸਟੋਰੀ ਕਾਦੀ ਸੁਣਾਈ ਉਹਨੇ ਏਰਥਕੁਇਕ ਦੀ ਕਿ ਏਰਥਕੁਇਕ ਆਇਆ ਤੇ ਬਹੁਤ ਕਾਫੀ ਨੁਕਸਾਨ ਹੋਇਆ ਸਿਟਿਸ ਦਾ ਠੀਕ ਹੈ ਤੇ ਏਰਥਕੁਇਕ ਕੀ ਹੁੰਦਾ ਪਚਾਲ ਆਪਾਂ ਪੰਜਾਬੀ ਚ ਕਹਿੰਦੇ ਪਚਾਲ ਆ ਗਿਆ ਉਹ ਆਇਆ ਇਹ ਹੈਂਸ ਨੇ ਕਹਾਣੀ ਸੁਣਾਈ ਪੀਟਰ ਨੂੰ ਪਰ ਪੀਟਰ ਨੂੰ ਬਾਅਦ ਚ ਦਿਮਾਗ ਦੇ ਵਿੱਚ ਯਾਦ ਆਇਆ ਪੀਟਰ ਨੂੰ ਬਾਅਦ ਚ ਦਿਮਾਗ ਆਇਆ ਯਾ ਠੀਕ ਹੈ ਪੀਟਰ ਨੂੰ ਯਾਦ ਇਹ ਆਇਆ ਕਿ ਅਸੀਂ ਮੇਰੇ ਮਦਰ ਨੇ ਕਿਹਾ ਸੀ ਕਿ ਜਲਦੀ ਵਾਪਸ ਆ ਜਾਣਾ ਤੇ ਠੀਕ ਹੈ ਫਿਰ ਪੀਟਰ ਕੀ ਕਰਦਾ ਹੈ ਪੀਟਰ ਕਹਿੰਦਾ ਕਿ ਹੁਣ ਮੈਨੂੰ ਛੁੱਟੀ ਦਿਓ ਮੈਂ ਘਰ ਜਾਣਾ ਠੀਕ ਹੈ ਪੀਟਰ ਫਿਰ ਘਰ ਜਦੋਂ ਆਉਣ ਲੱਗਦਾ ਜਦੋਂ ਪੀਟਰ ਜਾਂਦਾ ਘਰੇ ਫਿਰ ਪੀਟਰ ਕੀ ਰਸਤੇ 'ਚ ਵੇਖਦਾ ਕਿ ਪਾਣੀ ਦੀਆਂ ਨਾ ਆਵਾਜ਼ਾਂ ਬੜੀਆਂ ਆਉਂਦੀਆਂ ਬੜੀ ਜ਼ਿਆਦੀ ਆਵਾਜ਼ ਆਉਂਦੀ ਹੈ ਵਾਟਰ ਦੀ ਵਾਟਰ ਦੀ ਆਵਾਜ਼ ਆ ਰਹੀ ਹੁੰਦੀ ਕਾਫੀ ਸਾਊਂਡ ਠੀਕ ਹੈ ਪੀਟਰ ਫਿਰ ਦੇਖਦਾ ਕਿਉਂਕਿ ਜਿਹੜਾ ਹੈਂਸ ਹੁੰਦਾ ਹੈ ਉਹਦਾ ਜਿਹੜਾ ਘਰ ਹੁੰਦਾ ਹੈ ਜਵੇਂ ਆਮਲੋ ਆਕਰ ਪੀਟਰ ਦਾ ਹੋ ਗਿਆ ਆਕਰ ਹੋ ਗਿਆ ਹੈਂਸ ਦਾ ਠੀਕ ਹੈ ਤੇ ਪੀਟਰ ਨੇ ਇਸ ਰਸਤੇ ਥਾਣੀ ਆਉਣਾ ਹੁੰਦਾ ਤੇ ਜਦੋਂ ਪੀਟਰ ਇਸ ਰਸਤੇ ਥਾਣੀ ਆਉਂਦਾ ਤੇ ਉਹ ਵੇਖਦਾ ਜਦੋਂ ਇੱਥੇ ਆਉਂਦਾ ਉਦੋਂ ਤਾਂ ਕੁਝ ਨਹੀਂ ਹੁੰਦਾ ਪਰ ਜਦੋਂ ਪੀਟਰ ਨੇ ਵਾਪਸ ਜਾਣਾ ਹੁੰਦਾ ਉਦੋਂ ਕੀ ਪੀਟਰ ਦੇਖਦਾ ਆਪਾਂ ਪੈਨ ਕੋਈ ਹੋਰ ਯੂਜ਼ ਕਰ ਲੈਨੇ ਬਲੈਕ ਪੈਨ ਕਰ ਲੈਨੇ ਠੀਕ ਤੇ ਜਦੋਂ ਪੀਟਰ ਨੇ ਪੀਟਰ ਜਾਂਦਾ ਵਾਪਸ ਉਹਦੋ ਪੀਟਰ ਕੀ ਵੇਖਦਾ ਕਿ ਕਿਤੇ ਨਾ ਇੱਕ ਜਗ੍ਹਾ ਤੇ ਹੋਲ ਹੋ ਜਾਂਦਾ ਹੋਲ ਮਤਲਬ ਕਿ ਇੱਕ ਸ਼ੇਕ ਇੱਕ ਮੋਰੀ ਹੋਈ ਹੁੰਦੀ ਹੈ ਇੱਥੇ ਛੋਟੀ ਜੀ ਜਿੱਤੋਂ ਨਾ ਪਾਣੀ ਥੋੜਾ ਥੋੜਾ ਨਿਕਲਦਿਆਂ ਹੁੰਦਾ ਠੀਕ ਹੈ ਪਾਣੀ ਨਿਕਲਣਾ ਸ਼ੁਰੂ ਹੋਣਾ ਪੈਂਦਾ ਥੋੜਾ ਥੋੜਾ ਐਦਾਂ ਕਰਕੇ ਫਿਰ ਉੱਥੇ ਕੀ ਪੀਟਰ ਕਰਦਾ ਪੀਟਰ ਉਹ ਜਿਹੜਾ ਬੱਚਾ ਸੀ ਪੀਟਰ ਉੱਥੇ ਵੇਖ ਲਿੰਦਾ ਕਿ ਇੱਥੇ ਪਾਣੀ ਨਿਕਲਦਾ ਪਿਆ ਤੇ ਫਿਰ ਪੀਟਰ ਕੀ ਕਰਦਾ ਹੈ ਕਿ ਉਹਨੂੰ ਇਹਨਾਂ ਨੂੰ ਹੋਲੈਂਡ ਦੀ ਜਿਹੜੀ ਕੰਟਰੀ ਜਿਹੜੀ ਆ ਕੰਟਰੀ ਵਾਲੇ ਲੋਕ ਨੇ ਇਹਨਾਂ ਨੂੰ ਬਚਪਨ ਤੋਂ ਹੀ ਸਮਝਾਇਆ ਜਾਂਦਾ ਹੈ ਕਿ ਸਾਡੀਆਂ ਇਹ ਦੀਵਾਰਾਂ ਹੀ ਸਾਡੀ ਜਾਨ ਬਚਾ ਰਹੀਆਂ ਨੇ ਅਗਰ ਇਹ ਦੀਵਾਰਾਂ ਟੁੱਟ ਜਾਣਗੀਆਂ ਜਾਂ ਥੋੜਾ ਜਿਹਾ ਵੀ ਕੋਈ ਛੋਟਾ ਜਿਹਾ ਵੀ ਇਹਦੇ ਵਿੱਚ ਸ਼ੇਕ ਹੋ ਗਿਆ ਮੋਰੀ ਹੋ ਗਈ ਹੋਲ ਹੋ ਗਿਆ ਤੇ ਪਾਣੀ ਆ ਜਾਊਗਾ ਤੇ ਸਾਰੇ ਡੁੱਬ ਜਾਣਗੇ ਇਹਨਾਂ ਨੂੰ ਬਚਪਨ ਚ ਪੜਾਇਆ ਜਾਂਦਾ ਜਿਵੇਂ ਤੁਹਾਨੂੰ ਅਸੀਂ ਅੱਜ ਇੰਗਲਿਸ਼ ਦੇ ਲੈਕਚਰ ਪੜ੍ਹਾ ਰਹੇ ਹਾਂ ਤੇ ਇਤਰਾ ਹੀ ਇਹਨਾਂ ਨੂੰ ਇਸ ਬਾਰੇ ਵੀ ਦੱਸਿਆ ਜਾਂਦਾ ਫਿਰ ਪੀਟਰ ਨੂੰ ਇਹ ਸਮਝ ਹੁੰਦੀ ਹੈ ਪੀਟਰ ਕੀ ਕਰਦਾ ਹੈ ਕਿ ਇਸ ਛੇਕ ਨੂੰ ਬੰਦ ਕਰਨ ਲਈ ਉਪਾਏ ਲੱਭਦਾ ਤੇ ਪਰ ਕੁਛ ਨਹੀਂ ਹੁੰਦਾ ਉਹ ਆਵਾਜ਼ਾਂ ਮਾਰਦਾ ਲੱਗੇ ਕੋਈ ਨਹੀਂ ਹੁੰਦਾ ਲੱਗੇ ਛਗੇ ਫਿਰ ਉਹ ਕੀ ਕਰਦਾ ਪੀਟਰ ਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਹੋਣਾ ਨਹੀਂ ਫਿਰ ਪੀਟਰ ਨਾ ਆਪਣੀ ਜਿਹੜੀ ਆਮ ਆ ਆਪਣੀ ਜਿਹੜੀ ਬਾਹਾਂ ਆ ਉਹ ਇਹਦੇ ਅੰਦਰ ਕਰ ਅੰਦਰ ਕਰ ਦਿੰਦਾ ਠੀਕ ਹੈ ਅੰਦਰ ਵਾਰ ਦਿੰਦਾ ਉਹਦੇ ਨਾਲ ਕੀ ਹੁੰਦਾ ਕਿ ਇੱਥੇ ਬਾਹਾਂ ਜਿੱਦੋਂ ਚਲ ਗਈ ਤੇ ਪਾਣੀ ਰੁਕ ਜਾਂਦਾ ਹੈ ਪਾਣੀ ਤਾਂ ਰੁਕ ਗਿਆ ਪਰ ਹੁਣ ਕਿੰਨਾ ਚਿਰ ਤੱਕ ਕਰ ਸਕਦਾ ਹੈ ਤੇ ਪੀਟਰ ਨੂੰ ਇਹ ਵੀ ਪਤਾ ਹੈ ਕਿ ਅਗਰ ਮੈਂ ਬਾਹ ਕੱਢਤੀ ਇਹਦੇ ਵਿੱਚੋਂ ਬਾਹਰ ਤੇ ਪਾਣੀ ਵਗਣਾ ਸ਼ੁਰੂ ਹੋ ਜਾਣਾ ਤੇ ਮੇਰਾ ਸਾਰਾ ਸ਼ਹਿਰ ਡੁੱਬ ਜਾਣਾ ਹੈ ਕਿ ਸੈਰ ਡੁੱਬਨ ਨਾਲ ਮੇਰੇ ਮੰਮੀ ਡੈਡੀ ਵੀ ਜਿਹੜੇ ਆ ਉਹ ਵੀ ਡੁੱਬ ਜਾਣਗੇ ਇਸ ਕਰਕੇ ਉਹ ਬਾਹ ਨਹੀਂ ਕੱਟਦਾ ਪਰ ਪਾਣੀ ਦੇ ਠੰਡਾ ਦਾ ਬੇਟਾ ਜਦੋਂ ਪਾਣੀ ਠੰਡਾ ਹੁੰਦਾ ਉਹਦੀ ਬਾਹ ਤੱਕ ਪਹੁੰਚ ਜਾਂਦੀ ਬਾਹ ਸੋਨੋਂ ਲਾ ਪੈਂਦੀ ਪਰ ਪੀਟਰ ਬਾਹ ਨਹੀਂ ਕੱਟਦਾ ਪੀਟਰ ਚੀਕਾ ਮਾਰਦਾ ਹੈ ਕਿ ਆਵੇ ਕੋਈ ਆਵੇ ਤੇ ਮੈਨੂੰ ਵੀ ਬਚਾਵੇ ਨਾਲੇ ਇਹ ਵੀ ਇੰਦਾ ਵੀ ਉਪਾਏ ਕੋਈ ਇਲਾਜ ਕਰੀਏ ਪਰ ਕੋਈ ਨਹੀਂ ਹੁੰਦਾ ਫਿਰ ਪੀਟਰ ਰਾਤ ਪੈ ਜਾਂਦੀ ਹੈ ਪੀਟਰ ਘਰੇ ਨਹੀਂ ਜਾਂਦਾ ਇਧਰ ਪੀਟਰ ਦੀ ਮਮ ਨੂੰ ਟੈਨਸ਼ਨ ਹੋ ਲਾ ਪੈਂਦੀ ਫਿਰ ਪੀਟਰ ਦੀ ਮਮ ਉਹ ਦਰਵਾਜ਼ਾ ਬੰਦ ਕਰ ਦਿੰਦੀ ਹੈ ਕਿ ਜਿਹੜਾ ਪੀਟਰ ਆ ਉਹ ਇਹਨਾਂ ਦੇ ਹੈਂਸ ਦੇ ਘਰੇ ਰੁਕ ਗਿਆ ਨਾ ਇਸ ਕਰਕੇ ਵਾਪਸ ਨਹੀਂ ਆਇਆ ਠੀਕ ਹੈ ਇੰਨੀ ਤੱਕ ਸਮਝ ਲੱਗ ਗਈ ਜਦੋਂ ਉਹਨਾਂ ਨੂੰ ਲੱਗਦਾ ਕਿ ਵਾਪਸ ਨਹੀਂ ਆਇਆ ਤੇ ਫਿਰ ਪੀਟਰ ਤਾਂ ਇੱਥੇ ਬੈਠਾ ਹੁੰਦਾ ਵਿਚਾਰਾ ਰਾਤ ਨੂੰ ਤੇ ਸਾਰੀ ਰਾਤ ਕੱਢ ਲੈਂਦਾ ਪੀਟਰ ਸਾਰੀ ਰਾਤ ਕਿਉਂ ਲਾਉਂਦਾ ਏ ਕਿਉਂਕਿ ਉਹਨੂੰ ਪਤਾ ਹੈ ਅਗਰ ਮੈਂ ਆਪਣੀ ਬਾਹ ਬਾਹ ਕੱਢ ਲਈ ਤੇ ਪਾਣੀ ਸਾਰਾ ਆਏ ਨਾ ਤੇ ਮੇਰੇ ਫਾਦਰ ਮਦਰ ਵੀ ਡੁੱਬ ਜਾਣਗੇ ਸਾਰਾ ਸ਼ਹਿਰ ਡੁੱਬ ਜਾਊਗਾ ਇਸ ਕਰਕੇ ਵਿਚਾਰਾ ਉੱਥੇ ਬੈਠਾ ਰਹਿੰਦਾ ਫਿਰ ਸਵੇਰ ਚੜ੍ਹਦੀ ਏ ਫਿਰ ਸਵੇਰੇ ਇੱਕ ਕੌਣ ਹੁੰਦਾ ਸਵੇਰੇ ਇੱਕ ਆਉਂਦਾ ਪੋਸਟਮੈਨ ਠੀਕ ਹੈ ਪੋਸਟਮੈਨ ਇਹਨੂੰ ਦੇਖਦਾ ਪੀਟਰ ਨੂੰ ਕਿ ਇੱਕ ਬੱਚਾ ਬੈਠਾ ਹੈ ਤੇ ਇਸ ਤਰ੍ਹਾਂ ਮਲਕੀ ਕਾਫੇ ਜਦوجਹਤ ਕਰਦਾ ਪਿਆ ਦੀਵਾਰ ਦੇ ਨਾਲ ਤੇ ਕੁਛ ਹੈਗਾ ਫਿਰ ਪੀਟਰ ਜਦੋਂ ਪੋਸਟਮੈਨ ਪੀਟਰ ਨੂੰ ਵੇਖਦਾ ਫਿਰ ਉਹਨੂੰ ਪਤਾ ਲੱਗਦਾ ਕਿ ਇੱਥੇ ਇੱਕ ਹੋਲ ਸੀ ਛੇਕ ਸੀ ਜਿਹੜਾ ਮੋਰੀ ਸੀ ਉਹਦੇ ਕਰਕੇ ਪੀਟਰ ਨੇ ਆਪਣੀ ਬਾਹ ਇੱਥੇ ਵੜੀ ਹੈ ਤੇ ਹੁਣ ਇਹਦਾ ਕੋਈ ਇਲਾਜ ਕਰਨਾ ਪੈਣਾ ਫਿਰ ਪੋਸਟਮੈਨ ਕੁਝ ਹੋਰ ਲੋਕਾਂ ਨੂੰ ਸੱਦਾ ਹੈ ਫਿਰ ਉਹ ਦੋ ਚਾਰ ਲੋਕ ਆ ਜਾਂਦੇ ਠੀਕ ਹੈ ਪੋਸਟਮੈਨ ਸੱਦਾ ਕੁਝ ਹੋਰ ਦੋ ਚਾਰ ਲੋਕਾਂ ਨੂੰ ਲੋਕ ਭੱਜੇ ਆਉਂਦੇ ਠੀਕ ਹੈ ਤਿੰਨ ਚਾਰ ਲੋਕ ਜਿਹੜੇ ਪੀਟਰ ਵੱਲ ਆ ਜਾਂਦੇ ਤਿੰਨ ਚਾਰ ਲੋਕ ਜਿਹੜੇ ਅਕੰਧ ਦਾ ਸ਼ੇਕ ਬੰਦ ਕਰ ਲਾ ਪੈਂਦੇ ਫਿਰ ਉਹ ਪ੍ਰੋਪਰਲੀ ਇਹ ਸ਼ੇਕ ਨੂੰ ਬੰਦ ਕਰ ਦਿੰਦੇ ਤੇ ਪੀਟਰ ਦੀ ਬਾਹ ਕਢ ਲੈਂਦੇ ਆ ਤੇ ਡਾਕਟਰ ਨੂੰ ਵਿਖਾ ਕੇ ਉਹਦੀ ਬਾਹ ਠੀਕ ਹੋ ਜਾਂਦੀ ਮ사ਜ ਕਰਦੇ ਆ ਫਿਰ ਪੀਟਰ ਨੂੰ ਘਰੇ ਛੱਡ ਕੇ ਆਉਂਦੇ ਠੀਕ ਹੈ ਤੇ ਦੋਨੋਂ ਹੈਪੀ ਹੋ ਜਾਂਦੇ ਪੀਟਰ ਦੀ ਮਦਰ ਗੁੱਸੇ ਹੁੰਦੇ ਕਿ ਤੂੰ ਇੰਨਾ ਚਿਰ ਕਿਉਂ ਨਹੀਂ ਆਇਆ ਫਿਰ ਇਹਨੇ ਪੀਟਰ ਨੂੰ ਦੱਸਿਆ ਕਿ ਆ ਗੱਲ ਬਣੇਗੀ ਇਸ ਕਰਕੇ ਇਹ ਬਰੇਵ ਬாய் ਕਿਉਂ ਕਿਹਾ ਗਿਆ ਵੇਖੋ ਤੁਸੀਂ ਹੁਣ ਬਰੇਵ ਦਾ ਮਤਲਬ ਕੀ ਹੁੰਦਾ ਬਹਾਦਰ ਤੇ ਤੁਹਾਨੂੰ ਨਹੀਂ ਲੱਗਦਾ ਕਿ ਪੀਟਰ ਨੇ ਬਹਾਦਰੀ ਵਾਲਾ ਕੰਮ ਕੀਤਾ ਅਗਰ ਸਾਰਾ ਪਾਣੀ ਕੀ ਹੋਣਾ ਸੀ ਸਾਰੇ ਸ਼ਹਿਰ ਚ ਆ ਜਾਣਾ ਸੀ ਤੇ ਸਾਰਿਆਂ ਨੇ ਹੀ ਡੁੱਬ ਜਾਣਾ ਸੀ ਠੀਕ ਹੈ ਐਦਾਂ ਹੋ ਜਾਣਾ ਸੀ ਨਾ ਸੋ ਪੀਟਰ ਨੇ ਕੀ ਕੀਤਾ ਪੀਟਰ ਨੇ ਆਪਣੀ ਬਾਹ ਹੋਂ ਚਰਨੀ ਕੱਢੀ ਜਿੰਨਾ ਚਿਰ ਤੱਕ ਮਦਦ ਨਹੀਂ ਆ ਗਈ ਬਾਹਰੋਂ ਹੈਲਪ ਨਹੀਂ ਆ ਗਈ ਠੀਕ ਹੈ ਵੱਡੇ ਲੋਕ ਨਹੀਂ ਆਗੇ ਨਹੀਂ ਤੇ ਆ ਡੁੱਬ ਜਾਣਾ ਸੀ ਇਸ ਕਰਕੇ ਕੀ ਕਿਹਾ ਜਾਂਦਾ ਹੈ ਪੀਟਰ ਅ ਬਰੇਵ ਬாய் ਪੀਟਰ ਇੱਕ ਬਹਾਦਰ ਬੱਚਾ ਤੇ ਸੋ ਹੁਣ ਲੋਕ ਇਹਨਾਂ ਦਿਆਂ ਹਾਲੈਂਡ ਦੇ ਵਿੱਚ ਕਹਾਣੀਆਂ ਸੁਣਾਉਂਦੇ ਇੱਕ ਦੂਜੇ ਨੂੰ ਆਈ ਹੋਪ ਤੁਹਾਨੂੰ ਸਾਰੀ ਕਹਾਣੀ ਸਮਝ ਆਈ ਹੋਗੀ ਹੁਣ ਆਪਾਂ ਥੋੜਾ ਜਿਆ ਮੁਕ ਤੋਂ ਪੜ ਲੈਣੇ ਇਹਨਾਂ ਦੀ ਲੈਂਗੁਏਜ ਦੇ थ्रू ਠੀਕ ਹੈ ਚਲੋ ਆਜੋ ਪੀਟਰ ਅਬਰੇ ਬੋਏ ਅ ਐਸ ਹੋਲੈਂਡ ਇਜ਼ ਅ ਕੰਟਰੀ ਸਿਚੁਏਟਿਡ ਬਿਲੋ ਦਾ ਸੀ ਲੈਵਲ ਤੁਹਾਨੂੰ ਮੈਂ ਜਿਵੇਂ ਸਮੁੰਦਰ ਬਣਾ ਕੇ ਦੱਸਦਾ ਠੀਕ ਹੈ ਸਿਚੁਏਟਿਡ ਬਿਲੋ ਦਾ ਸੀ ਲੈਵਲ ਮਤਲਬ ਕਿ ਸੀ ਲੈਵਲ ਤੋਂ ਘੱਟ ਹੈ ਵੀ ਸਮੁੰਦਰ ਤੋਂ ਥੋੜਾ ਜਿਹਾ ਥੱਲੇ ਆ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਪਾਣੀ ਉਧਰ ਆ ਸਕਦਾ ਇਸ ਕਰਕੇ ਸੋ देयर इज ਆਲਵੇਜ਼ ਅ ਫੀਅਰ ਆਫ ਫਲਡਿੰਗ ਦਾ ਲੈਂਡ ਤੇ ਇਸ ਹਮੇਸ਼ਾ ਇਥੇ ਫੀਅਰ ਕਿੰ ਦਾ ਡਰ ਇੱਕ ਬੇਟਾ ਕਾਪੀ ਤੇ ਆ ਵਡ ਫੀਅਰ ਲਿਖੋ ਇਹਦੇ ਸਾਹਮਣੇ ਲਿਖੋ ਡਰ fear of flooding the land ਮਲਕੀਆਂ ਨੂੰ ਡਰ ਲੱਗ ਰਿਹਾ ਹੁੰਦਾ ਸੀ ਕਿ ਪਾਣੀ ਜਿਹੜਾ ਸਾਡੇ ਲੈਂਡ ਦੇ ਉੱਤੇ ਨਾ ਆ ਜੇ ਸਾਡੀ ਜ਼ਮੀਨ ਦੇ ਉੱਤੇ ਨਾ ਆ ਜੇ there are built huge embankments to prevent this problem ਕਹਿੰਦੇ ਜਦੋਂ ਬਟ ਐਮਬੈਂਕਮੈਂਟ ਹੁੰਦੀ ਹੈ ਕਿ ਪਾਣੀ ਨੂੰ ਰੋਕਣ ਵਾਲੇ ਕੁਝ ਵੀ ਚੀਜ਼ਾਂ ਬਣਾ ਲੈਂੀਆਂ ਜਿਹਦੇ ਨਾਲ ਪਾਣੀ ਰੁਕ ਸਕੇ ਕਹਿੰਦੇ ਇੱਥੇ ਵੱਡੇ ਵੱਡੇ ਐਮਬੈਂਕਮੈਂਟਸ ਬਣੀਆਂ ਹੁੰਦੀਆਂ ਐ ਇਸ ਪ੍ਰੋਬਲਮ ਨੂੰ ਟੈਕਲ ਕਰਨ ਲਈ ਇਨ ਥਿਸ ਚੈਪਟਰ ਯੂ ਵਿਲ ਰੀਡ ਅਬਾਊਟ ਦਾ ਹੀਰੋਇਕ ਡੀਡ ਆਫ ਅ ਲਿਟਲ ਬாய் ਕਹਿੰਦੇ ਇਸ ਚੈਪਟਰ ਜੀ ਤੁਸੀਂ ਕੀ ਪੜੋਗੇ ਇੱਕ ਬੋਏ ਬਰੇ ਜਿੰਨੇ ਕੀ ਹੀਰੋ ਵਾਲਾ ਕੰਮ ਕੀਤਾ ਆਪਾਂ ਪੜਿਆ ਨਾ ਹੁਣ ਪੀਟਰ ਨੇ ਹੀਰੋ ਵਾਲਾ ਕੰਮ ਕੀਤਾ ਉਹਦੇ ਬਾਰੇ ਪੜਾਂਗੇ ਨੇਮਡ ਪੀਟਰ ਹੂ ਲਿਵਡ ਇਨ ਹਾਲੈਂਡ ਵਿਦ ਹਿਸ ਮਦਰਸ ਠੀਕ ਹੈ ਉਹ ਆਪਾਂ ਸਟੋਰੀ ਪੜਦੇ ਹੁਣ ਕਹਿੰਦੇ ਹਾਲੈਂਡ ਇਜ਼ ਵਨ ਆਫ ਦਾ ਵਰਲਡਸ ਗ੍ਰੇਟੈਸਟ ਵੰਡਰਸ ਐਜ਼ ਇਟ ਇਜ਼ ਅ ਕੰਟਰੀ ਵਿਚ ਮੋਸਟਲੀ ਬਿਲੋ ਦਾ ਲੈਵਲ ਆਫ ਦਾ ਸੀ ਕਹਿੰਦੇ ਇੱਕ ਅਦਭੁਤ ਕੰਟਰੀਆਂ ਦੇ ਵਿੱਚੋਂ ਮੰਨੀ ਜਾਂਦੀ ਅਦਭੁਤ ਅਦਭੁਤ ਚੀਜ਼ਾਂ ਦੇ ਵਿੱਚੋਂ ਇਹ ਕੰਟਰੀ ਮੰਨੀ ਜਾਂਦੀ ਹੈ ਕਿਹੜੀ ਕੰਟਰੀ ਹਾਲੈਂਡ ਠੀਕ ਹੈ ਕਿਉਂ ਮੰਨੀ ਜਾਂਦੀ ਕਿਉਂਕਿ ਇਹਦਾ ਜਿਹੜੀ ਜਿਹੜੀ ਇਹਦੀ ਜਗ੍ਹਾ ਆ ਉਹ ਪਾਣੀ ਦੇ ਸਮੁੰਦਰ ਤੋਂ ਥੋੜੀ ਜਿਹੀ ਥੱਲੇ ਆਉਂਦੀ ਹੈ ਠੀਕ ਹੈ ਇਟ ਇਜ਼ ਅ ਵੈਰੀ ਫਲੈਟ ਕੰਟਰੀ ਵਿਦ ਹਾਰਡਲੀ ਅ ਹਿੱਲ ਟੂ ਬੀ ਸੀਨ ਕਹਿੰਦੇ ਬਹੁਤ ਸਮਤਲ ਜ਼ਮੀਨ ਹੈ ਇਹਦੇ ਵਿੱਚ ਕੋਈ ਪਹਾੜ ਨਹੀਂ ਆਪਾਂ ਨੂੰ ਦਿਖਦੇ ਬਹੁਤੇ ਐਂਡ ਦਾ ਪੀਪਲ ਹੈਵ ਬਿਲਟ ਹਿਊਜ ਸੈਂਡ ਡਿਊਨਸ ਜਿਹੜੇ ਲੋਕ ਆ ਉਹਨਾਂ ਨੇ ਸੈਂਡ ਡਿਊਨ ਸੈਂਡ ਡਿਊਨ ਬਣਾਤੇ ਬੜਾ ਇਸ ਤਰ੍ਹਾਂ ਦੇ ਸੈਂਡ ਡਿਊਨਸ ਹੁੰਦੇ ਛੋਟੇ ਛੋਟੇ ਪਹਾੜਾਂ ਵਾਂਗੂ ਇਹ ਮਿੱਟੀ ਦੇ ਪਹਾੜ ਹੁੰਦੇ ਠੀਕ ਹੈ ਰੇਤ ਆ ਦੇ ਜਾਂ ਮਿੱਟੀ ਦੇ ਪਹਾੜ ਹੁੰਦੇ ਇਦਾਂ ਦੇ ਠੀਕ ਹੈ ਉਧਰ ਪਾਣੀ შეਤੀ ਆਣਾ ਸਕੂਗਾ ਠੀਕ ਹੈ ਐਂਡ ਡਾਈਕਸ ਡਾਈਕ ਕਿੰਨੀਆਂ ਦੁਬਾਰਾ ਵਾਲਸ ਕੰਨਾ ਟੂ ਪ੍ਰੀਵੈਂਟ ਦਾ ਵਾਟਰ ਫਰੋਮ ਇੱਕ ਮਿਨਟ ਟੂ ਪ੍ਰੀਵੈਂਟ ਦਾ ਵਾਟਰ ਫਰੋਮ ਫਲਡਿੰਗ ਫਲਡਿੰਗ ਮਤਲਬ ਪਾਣੀ ਅੰਦਰ ਨਾ ਜੇ ਦਾ ਲੈਂਡ ਇਵਨ ਦਾ ਲਿਟਲ ਚਿਲड्रन ਵਰ ਟੋਟ ਥੈਟ ਦਾ ਡਾਈਕਸ ਮਸਟ ਬੀ ਵਾਸ਼ਡ ਐਵਰੀ ਮੂਮੈਂਟ ਐਂਡ ਦਾ ਟਿਨੀਐਸਟ ਹੋਲ ਇਜ਼ ਡੇਂਜਰਸ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਕਿ ਜਿਵੇਂ ਤੁਹਾਨੂੰ ਅਜ ਇੰਗਲਿਸ਼ ਦਾ ਲੈਕਚਰ ਪੜਾ ਰਿਹਾ ਹਾਂ ਛੋਟੇ ਹੁੰਦਿਆਂ ਨੂੰ ਤੁਹਾਨੂੰ ਕੋਈ ਸਟੋਰੀ ਸੁਣਾਇ ਦੀ ਤੁਹਾਨੂੰ ਕੁਝ ਦੱਸੀ ਤਾਂ ਇਦਾਂ ਹੀ ਜਿਵੇਂ ਆਪਾਂ ਤੁਹਾਨੂੰ ਜੈਸ ਵੀ ਸਿਖਾਉਣੀ ਹੈ ਇਦਾਂ ਹੀ ਹਾਲੈਂਡ ਦੇ ਬੱਚਿਆਂ ਨੂੰ ਇਹ ਸ਼ੁਰੂ ਤੋਂ ਹੀ ਟੌਟ ਕੀਤਾ ਜਾਂਦਾ ਹੈ ਟੀਚ ਕੀਤਾ ਜਾਂਦਾ ਹੈ ਸਿਖਾਇਆ ਜਾਂਦਾ ਹੈ ਕਿ ਜਿਹੜੀ ਇਕੰਧਾਂ ਹੁੰਦੀਆਂ ਹਨ ਉਹਨਾਂ ਨੂੰ ਉਹਨਾਂ ਦਾ ਹਮੇਸ਼ਾ ਧਿਆਨ ਰੱਖੋ ਕਿਉਂਕਿ ਉਹਦੇ ਵਿੱਚ ਟੈਨਿਅਸ ਟੈਨਿਸ ਉਹਨਾਂ ਦਾ ਛੋਟਾ ਇੰਦਾ ਬੜਾ ਇੰਦਾ ਜਿਵੇਂ ਅੱਗੇ ਫੀਅਰ ਦਾ ਮਤਲਬ ਛੋਟਾ ਲਿਖਣਾ ਤੁਸੀਂ ਟੈਨਿਅਸ ਦਾ ਮਤਲਬ ਹੁੰਦਾ ਛੋਟਾ ਫੀਅਰ ਦਾ ਮਤਲਬ ਅੱਗੇ ਤੁਸੀਂ ਲਿਖਿਆ ਡਰ ਹੌਂ ਟੈਨਿਅਸ ਦਾ ਮਤਲਬ ਕੀ ਹੈ ਛੋਟਾ ਛੋਟਾ ਜਾਂ ਹੌਲ ਵੀ ਜਿਹੜਾ ਛੋਟਾ ਜਿਹਾ ਹੌਲ ਵੀ ਜਿਹੜਾ ਹੈ ਉਹ ਖਤਰਨਾਕ ਹੋ ਸਕਦਾ ਠੀਕ ਹੈ ਤਿੰਨ ਵਰਡ ਲਿਖਣੇ ਨਾਲ ਤੁਸੀਂ ਮੈਨੀਅਰਸ ਉਹ ਕੁਝ ਸਾਲ ਪਹਿਲਾਂ ਦੇਅਰ ਲਿਵਡ ਇਨ ਦੇਅਰ ਲਿਵਡ ਇਨ ਅ ਹੌਲੈਂਡ ਅ ਲਿਟਲ ਬੋਏ ਕਹਿੰਦੇ ਕੁਝ ਸਾਲ ਪਹਿਲਾਂ ਇੱਥੇ ਇੱਕ ਬੱਚਾ ਰਹਿੰਦਾ ਸੀ ਹੂਜ਼ ਨੇਮ ਵਾਸ ਪੀਟਰ ਹੁਣ ਆਪਾਂ ਇਹਦੀ ਇੱਕ ਸਟੋਰੀ ਪੜ ਲੱਗਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਵਾਸ ਪੀਟਰ ਵਨ ਆਫਟਰਨੂਨ ਇੱਕ ਦੁਪਹਿਰ ਹਿਸ ਮਦਰ ਕਾਲਡ ਹਿਮ ਫਰਮ ਹਿਸ ਪਲੇਨ ਉਹਦੀ ਮੰਮੀ ਨੇ ਉਹਨਾਂ ਨੂੰ ਕਾਲ ਕੀਤੀ ਜਦੋਂ ਖੇਡਦਾ ਪਿਆ ਸੀ ਉਹਨੂੰ ਕਾਲ ਕੀਤੀ ਪੀਟਰ ਆਈ ਵਾਂਟ ਯੂ ਟੂ ਗੋ ਅਕਰੋਸ ਦਾ ਡਾਈਕ ਟੂ ਦਾ ਕਾਟੇਜ ਆਫ ਆਰ 올ਡ ਫਰੈਂਡ ਕਾਟੇਜ ਬੇਟਾ ਹੁੰਦੇ ਘਰ ਠੀਕ ਆ ਕੋਈ ਹਾਊਸ ਹੋ ਗਿਆ ਠੀਕ ਆ ਹਾਊਸ ਜਾਂ ਹੋਮ ਆਪਾਂ ਕਹਿੰਦੇ ਆ ਕਾਟੇਜ ਕਹਿੰਦੇ ਕਿ ਮੈਂ ਉਹਦੀ ਮਦਰ ਕਹਿੰਦੇ ਕਿ ਮੈਂ ਚਾਹੁੰਨੀ ਆ ਕਿ ਤੂੰ ਉਸ ਦੀਵਾਰ ਦੇ ਇਧਰਲੀ ਸਾਈਡ ਤੇ ਜਾ ਉਸ ਤੇ ਕਾਟੇਜ ਦੇ ਵਿੱਚ ਜਾ ਕਾਟੇਜ ਮਤਲਬ ਘਰ ਦੇ ਵਿੱਚ ਜਾ ਜਿਹੜਾ ਆਪਣਾ ਇੱਥੇ ਇੱਕ ਫਰੈਂਡ ਰਹਿੰਦਾ ਹੈਂਸ ਠੀਕ ਆ ਮੈਂ ਤੁਹਾਨੂੰ ਸਾਰੀ ਡਿਟੇਲ ਦੱਸੀ ਆ ਸਟਾਰਟਿੰਗ ਦੇ ਵਿੱਚ ਕਿਦਾਂ ਟੇਕ ਥੀਸ ਕੇਕਸ टेक दीज केक्स मैं तुम्हें कहा बिस्कुट मान लो केक ठीक है उन्होंने केक बनाए टेक दीज केक्स आई मेड फॉर हिम मैं उन्हें वास्ते केक बनाए आ इफ यू गो क्विकली एंड डू नॉट स्टॉप टू प्ले जे तू जल्दी जावें तो रस्ते खेड ना रुके यू शुड बी होम अगेन बिफोर सनसैट तू वापस घर आ जाएगा सूरज ठीक है सूरज टलन दो तो पहला पहला ठीक है द लिटल बॉय वॉज डिलइटड टू गो ऑन सच एंड एरेंड ਕਹਿੰਦੇ ਜਿਹੜਾ ਛੋਟਾ ਬੱਚਾ ਹੈ ਉਹ ਖੁਸ਼ ਹੋ ਜਾਂਦਾ ਕਿ ਮੈਂ ਇੱਕ ਦੂਸਰੀ ਜਗ੍ਹਾ ਤੇ ਜਾ ਰਿਹਾ ਐਂਡ ਸਟਾਰਟਡ ਆਫ ਵਿਦ ਦਾ ਲਾਈਟ ਹਾਰਟ ਮਲਕਿ ਜਲਦੀ ਜਾਂਦਾ ਫਿਰ ਠੀਕ ਹੈ ਖੁਸ਼-ਖੁਸ਼ ਜਾਂਦਾ 20 ਮਿੰਟਸ ਲੇਟਰ ਹੀ ਅਰਾਈਵਡ ਐਟ ਦਾ 올ਡ ਮੈਨਸ ਹਾਊਸ 20 ਮਿੰਟ ਬਾਅਦ ਉਹ ਹੈਂਸ ਦੇ ਘਰੇ ਪਹੁੰਚਦਾ 올ਡ ਮੈਨ ਕਿਹਨੂੰ ਕਿਹਾ ਗਿਆ ਹੈ ਹੈਂਸ ਨੂੰ ਠੀਕ ਹੈ ਹੈਂਸ ਦੇ ਘਰੇ ਪਹੁੰਚ ਜਾਂਦਾ ਪੀਟਰ ਵਾਸ ਵੈਰੀ ਫੌਂਡ ਆਫ 올ਡ ਹੈਂਸ ਪੀਟਰ ਮਲਕਿ ਉਹ ਬੜਾ ਉਤਾਵਲਾ ਹੁੰਦਾ ਉਹਨੂੰ ਮਿਲਣ ਨੂੰ because he told him so many matlab ki ohnu milnu atavla rehnda kyun because he told him so many interesting tales tales matlab stories theek hai peter ne ohnu kafi storyan agge vi sunaiyan hundiyan te hun phir tu sunaunga is karke oh bada atavla honda about uh, so many interesting tales about the wonderful things he had seen in different parts of the world kyun kyunki jehda hans honda na oh hans jehda hai oh peter nu kafi stories sunaunda rehanda hai theek hai jithe jithe oh wonderful things diyan ਜਿਉਂਕਿ ਉਹ ਬਥੇਰੀ ਜਗ੍ਹਾ ਤੇ ਕੌਣ ਘੁੰਮਿਆ ਹੁੰਦਾ ਹੈ ਹੈਂਸ ਠੀਕ ਹੈ ਉਹ ਸਾਰੀ ਜਗ੍ਹਾ ਤੇ ਘੁੰਮਿਆ ਹੁੰਦਾ ਇਸ ਕਰਕੇ ਉਹ ਜਿਹੜਾ ਹੈਂਸ ਹੈ ਉਹ ਪੀਟਰ ਨੂੰ ਸਟੋਰੀ ਸੁਣਾਉਂਦਾ ਰਹਿੰਦਾ ਕੋਈ ਨਾ ਕੋਈ ਤਾਂ ਕਰਕੇ ਇਹਦਾ ਪੀਟਰ ਉਹ ਖੋਜ ਰਹਿਂਦਾ ਨੂੰ ਮਿਲ ਕੇ ਹੈਪੀ ਰਹਿੰਦਾ ਠੀਕ ਹੈ ਹੈਂਸ ਵਾਸ ਐਟ ਹੋਮ ਐਂਡ ਵੈਰੀ ਪਲੀਜ਼ਡ ਟੂ ਗਰੀਟ ਹਿਸ ਯੰਗ ਵਿਜ਼ਟਰ ਕਹਿੰਦੇ ਹੈਂਸ ਉਹਦੇ ਘਰੇ ਹੁੰਦਾ ਕਿਉਂਕਿ ਹੈਂਸ ਬਜ਼ੁਰਗ ਹੈ ਤੇ ਹੈਂਸ ਘਰੇ ਹੁੰਦਾ ਤੇ ਫਿਰ ਉਹ ਬਹੁਤ ਖੁਸ਼ ਹੁੰਦਾ ਕਿ ਇੱਕ ਮੈਨੂੰ ਛੋਟਾ ਜਿਹਾ ਬੱਚਾ ਜਿਹੜਾ ਹੈ ਮੈਨੂੰ ਮਿਲਣ ਆਇਆ ਨਾਥਿੰਗ ਊਡ ਡੂ ਬਟ ਦ ਹੀ ਮਸਟ ਟੈਲ ਅ ਸਟੋਰੀ ਉਹਨੇ ਹੋਰ ਕੁਝ ਨਹੀਂ ਕਰਨਾ ਉਹਨੇ ਬਸ ਇੱਕ ਘਟ ਤੋਂ ਘਟ ਇੱਕ ਸਟੋਰੀ ਸੁਣਾਵੇ ਤੇ ਬਚਾ ਕੁਝ ਹੋ ਜੂਗਾ ਦਾ 올ਡ ਮੈਨ ਟੋਲਡ ਹਾਊ ਓਨ ਵਨ ਆਫ ਹਿਸ ਲੌਂਗ ਵੇਜਿਸ ਕਹਿੰਦਾ ਕਿ ਉਹਨੇ ਦੱਸਿਆ ਨੂੰ ਕਿ ਜਦੋਂ ਮਤਲਬ ਕਿ ਜਦੋਂ ਇੱਕ ਜਰਨੀ ਤੇ ਗਿਆ ਟੂ ਦਾ ਫਾਰੈਸਟ ਪੂਰ ਵਾਲੇ ਪਾਸੇ ਦਾ ਮੂਨ ਡਾਕਨ ਦਾ ਸਨ ਇਨ ਡੇ ਟਾਈਮ ਕਿ ਗ੍ਰਹਿਣ ਲੱਗਾ ਸੀ ਤੇ ਦਿਨੇ ਹੀ ਮਤਲਬ ਕਿ ਹਨੇਰਾ ਜਾ ਹੋ ਗਿਆ ਕਿਉਂਕਿ ਜਿਹੜਾ ਮੂਨ ਸੀ ਉਹ ਸਨ ਦੇ ਅੱਗੇ ਆ ਗਿਆ ਸੀ ਓਨ ਦਾ ਵੇ ਬੈਕ ਥੇਅਰ ਵਾਸ ਅ ਟੈਰੀਬਲ ਅਰਥਕ ਇਕ ਜਦੋਂ ਕਹਿੰਦੇ ਮੈਂ ਵਾਪਸ ਆਇਆ ਤੇ ਇੱਕ ਬਹੁਤ ਭਚਾਲ ਖਤਰਨਾਕ ਜਿਹੜਾ ਸੀ ਭਚਾਲ ਆਇਆ ਐਂਡ ਮੈਨੀ ਪੀਪਲ ਲਾਸਟ ਦੇ ਤਾਂ ਕਾਫੀ ਲੋਕਾਂ ਦੀ ਡੈਥ ਹੋ ਗਈ ਸਡਨਲੀ ਪੀਟਰ ਰਿਮੈਂਬਰਡ ਹਿਸ ਮਦਰਸ ਕਿੰਦੇ ਪੀਟਰ ਸੁੰਦਾ ਸੁੰਦਾ ਜਦੋਂ ਕਹਾਣੀ ਸੁੰਦਾ ਪਿਆ ਪੀਟਰ ਦੇ ਪੀਟਰ ਨੂੰ ਯਾਦ ਆਇਆ ਕਿ ਮੇਰੀ ਮਦਰ ਨੇ ਕਿਹਾ ਸੀ ਕਿ ਜਲਦੀ ਵਾਪਸ ਆਇਨਾ ਮਦਰਸ ਵਿਸ਼ ਵਿਥ दैट ਹੀ ਰਿਟਰਨ ਬਿਫੋਰ ਡਾਰਕ ਮਤਲਬ ਕਿ ਨੇਰੇ ਤੋਂ ਪਹਿਲਾਂ ਪਹਿਲਾਂ ਵਾਪਸ ਆ ਜਾਣਾ ਸੋ ਵਿਦ ਅ ਕੁਇਕ ਗੁੱਡ ਬਾਏ ਜਲਦੀ ਉਹਨੇ ਗੁੱਡ ਬਾਏ ਕੀਤੀ 올ਡ ਫਰੈਂਡ ਨੂੰ ਟੂ ਹਿਸ 올ਡ ਫਰੈਂਡ ਹੀ ਸੈਟ ਆਊਟ ਫੋਰ ਹੋਮ ਉਹ ਜਲਦੀ ਹੀ ਕਰਵਲ ਨੂੰ ਚੱਲ ਤੁਰ ਪਿਆ ਐਜ਼ ਹੀ ਵਾਕਡ ਅਲੋਂਗ ਹੀ ਗੈਦਰਡ ਸਮ ਫਲਾਵਰਸ ਕਹਿੰਦਾ ਜਦੋਂ ਚੱਲਿਆ ਤਾਂ ਉਹਨੇ ਕੁਝ ਫਲਾਵਰ ਤੋੜ ਲਏ ਗ੍ਰੇਵ ਬਿਸਾਈਡ ਦਾ ਪਾਥ ਜਿਹੜੇ ਰਸਤੇ ਦੇ ਨਾਲ ਕੁਝ ਫਲਾਵਰ ਸੀ ਉਹ ਤੋੜ ਲਏ ਤੇ ਤੁਰ ਪਿਆ ਐਂਡ ਹੀ ਹਰਡ ਦਾ ਐਂਗਰੀ ਵਾਟਰਸ ਡੈਸ਼ਿੰਗ ਅਗੇਂਸਟ ਦਾ ਅਦਰ ਸਾਈਡ ਆਫ ਦਾ ਵਾਲ ਉਹਨੇ ਕੀ ਸੁਣਿਆ ਕਿ ਬਹੁਤ ਹੀ ਗੁੱਸੇ ਨਾਲ ਜਿਹੜਾ ਪਾਣੀ ਹੈ ਉਹ ਕੰਧ ਦੇ ਨਾਲ ਡੈਸ਼ਿੰਗ ਮਤਲਬ ਕੰਧ ਨਾਲ ਵੱਜ ਰਿਹਾ ਸੀ ਜ਼ੋਰ ਜ਼ੋਰ ਚ ਠੀਕ ਹੈ ਲਿਸਨ ਵਟ ਵਾਸ ਥੈਟ स्पीटर कह रुको पता नहीं कि पता पता नहीं यह की है किस चीज़ की आवाज आ रही है, He heard the sound of water. दिया है ही हर द साउंड ऑफ टिकलिंग वाटर ट्रिकलिंग मतलब जिम्मे आवाजन की आवाज आ रही कहते ट्रिकलिंग वाटर समथिंग क्वाइट डिफरेंट टू द नॉइस ऑफ द वेवस कांत होंगे ही लहर अब कुछ कुछ डरावनिया लग रही कुछ अलग है ही स्टॉप एंड लिसन अगेन रुकिया स्टॉप रुकना एंड लिसन सुनना ही स्टॉप एंड लिसन अगेन ਉਹ ਰੁਕ ਗਿਆ ਤੇ ਉਹਨੇ ਫੇਰ ਸੁਣਿਆ ਕਿ ਮੈਂ ਦੁਬਾਰਾ ਸੁਣ ਕੇ ਵੇਨਾ ਕਾਦੀ ਆਵਾਜ਼ ਸੀ देयर ਮਸਟ ਬੀ ਅ ਹੋਲ ਇਨ ਦਾ ਡਾਈਕ ਜਿੱਤਾਂ ਦੀ ਆਵਾਜ਼ ਉਹਨੂੰ ਆ ਰਹੀ ਸੀ ਉਹਨੂੰ ਲੱਗ ਰਿਹਾ ਸੀ ਕੋਈ ਨਾ ਕੋਈ ਪੱਕਾ ਹੋਲ ਹੈਗਾ ਇਹ ਕੰਧ ਦੇ ਵਿੱਚ ਇਨ ਦਾ ਡਾਈਕ ਡਾਈਕ ਇਡੀ ਸੀ ਵਾਲ ਠੀਕ ਹੈ ਸਮਵੇਰ ਕਿਤੇ ਨਾ ਕਿਤੇ ਹੈਗਾ ਹੀ ਨੂ ਹਾਊ ਵੈਰੀ ਸੀਰੀਅਸ ਥੈਟ ਕੁਡ ਬੀ ਕਹਿੰਦੇ ਉਹਨੂੰ ਪਤਾ ਸੀ ਕਿ ਕਿੰਨਾ ਕੇ ਸੀਰੀਅਸ ਕਿੰਨਾ ਕੇ ਡੇਂਜਰਸ ਹੋ ਸਕਦਾ ਏ ਜੇ ਅਗਰ ਹੋਲ ਹੋਇਆ ਕਿਉਂਕਿ ਉਹਨਾਂ ਨੂੰ ਬਚਪਨ ਚ ਪੜਾਇਆ ਜਾਂਦਾ ਪੀਟਰ ਡਰੌਪਡ ਹਿਸ ਫਲਾਵਰ ਪੀਟਰ ਨੇ ਆਪਣੇ ਫਲਾਵਰ ਸੁੱਟ ਦਿੱਤੇ ਡਰੌਪਡ ਮਤਲਬ ਸੁੱਟਣਾ ਪੀਟਰ ਨੇ ਉਹਦੇ ਫਰਾਬੇ ਸੁੱਟੇ ਜਾਂ ਛੱਟ ਤੇ ਐਂਡ ਸਰਚਡ ਕੇਅਰਫੁਲੀ ਟਿਲ ਹੀ ਸਾ ਅ ਟਿਨੀ ਸਟ੍ਰੀਮ ਕਹਿੰਦੇ ਉਹਨੇ ਫਿਰ ਹੌਲੀ ਹੌਲੀ ਵੇਖ ਲਾ ਪਿਆ ਲੱਗੇ ਜਾ ਕੇ ਕੰਧ ਦੇ ਕਿ ਕਿਤੇ ਹੋਲ ਨਹੀਂ ਹੈਗਾ ਫਿਰ ਉਹਨੇ ਇੱਕ ਟਿਨੀ ਸਟ੍ਰੀਮ ਵੇਖੀ ਟਿਨੀ ਮਤਲਬ ਛੋਟੀ ਜਿਹਨਾਂ ਪਾਣੀ ਦੀ ਧਾਰ ਨਹੀਂ ਕਰ ਰਹੀ ਸੀ ਕੰਧ ਦੇ ਵਿੱਚੋਂ ਆਫ ਵਾਟਰ ਫਲੋਇੰਗ ਫਰੋਮ ਅ ਸਮਾਲ ਹੋਲ ਇਨ ਦ ਵਾਲ ਕਿਉਂਕਿ ਕੰਧ ਦੇ ਵਿੱਚੋਂ ਥੋੜਾ ਜਿਹਾ ਪਾਣੀ ਲੀਕ ਹੋ ਰਿਹਾ ਸੀ ਵਾਟ ਸ਼ੁੱਡ ਹੀ ਡੂ ਹੁਣ ਉਹ ਕੀ ਕਰੇ ਇਟ ਵਾਸ ਅ ਵੈਰੀ ਲੋਨਲੀ ਪਲੇਸ ਐਂਡ ਹੀ ਵਾਸ ਅਫਰੇਡ ਟੂ ਗੋ ਹੋਮ ਫਾਰ ਹੈਲਪ ਕਹਿੰਦਾ ਉਹ ਬੜੀ ਖਾਲੀ ਜੀ ਜਗਾ ਸੀ ਲੋਨ ਖਾਲੀ ਜਾਂ अकेली ਠੀਕ ਹੈ ਜਾਨਸ ਉਸ ਇਨਸਾਨ ਕਹਿ ਸਕਦੇ ਐਂਡ ਹੀ ਵਾਸ ਅਫਰੇਡ ਟੂ ਗੋ ਹੋਮ ਫॉर हेल्प ਉਹਨੂੰ ਡਰਦਾ ਸੀ ਕਿ ਮੈਂ ਘਰੇ ਇੱਕਦਾਂ ਜਾਵਾਂ ਕਿਉਂਕਿ ਘਰੇ ਜਾਂਦਿਆਂ ਨੂੰ ਕਿਤੇ ਪਾਣੀ ਜ਼ਿਆਦਾ ਨਾ ਲੀਕ ਹੋ ਜਾੇ ਤਾਂ ਮ ਖਰਾਬ ਹੋ ਜਾਊ ਬਿਕੋਜ਼ ਦਾ ਹੋਲ ਇਫ ਲੈਫਟ ਅਗਰ ਉਸ ਸ਼ੇਕ ਨੂੰ ਉਦਾਂ ਹੀ ਛੱਡਤਾ ਵੁੱਡ ਕੁਇਕਲੀ ਗਰੋ ਬਿਗਰ ਤੇ ਉਹ ਜਲਦੀ ਹੀ ਬਿਗਰ ਹੋ ਜਾਊਗਾ ਪਤਾ ਨਾ ਆਪਣਾ ਪਾਣੀ ਜਾਂਦੀ ਨੰਗੇ ਤੋਂ ਜਲਦੀ ਜਲਦੀ ਆਪਾਂ ਨੂੰ ਵੀ ਪਤਾ ਪਾਣੀ ਜਦੋਂ ਇੱਕ ਜਗ੍ਹਾ ਦੇ ਰਾਹ ਬਣਾ ਲੈਂਦਾ ਫਿਰ ਰਾਹ ਵੱਡਾ ਬਣ ਜਾਂਦਾ ਪਿਊਟੋ ਨਿਊ ਦਾ ਡੇਂਜਰ ਐਂਡ ਹਾਊ ਥਿਸ ਲੀਕ ਕੁਡ ਸੂਨ ਗਰੋ ਟੂ ਬੀ ਫਲਡ ਤੋ ਪੀਟਰ ਨੂੰ ਇਹ ਪਤਾ ਸੀ ਕਿ ਇਹ ਕਿੰਨਾ ਡੇਂਜਰ ਹੋ ਸਕਦਾ ਕਿ ਇਹ ਜਿਹੜਾ ਜਿਹੜੀ ਸਟ੍ਰੀਮ ਹੈ ਜਿਹੜੀ ਛੋਟੀ ਜੀ ਲੀਕੇਜ ਹੋ ਰਹੀ ਹੈ ਇੱਕ ਢਿੱਛਤੀ ਇੱਕ ਫਲੱਡ ਦੇ ਵਿੱਚ ਮਤਲਬ ਵੀ ਪਾਣੀ ਸਾਰਾ ਸਿਟੀ ਦੇ ਵਿੱਚ ਆ ਸਕਦਾ ਪੀਟਰ ਸ਼ਾਫਟਡ ਪੀਟਰ ਨੇ ਸ਼ਾਊਟ ਕੀਤਾ ਰੋਲਾ ਪਾਇਆ ਬਟ ਨੋ ਵਨ ਅਨਸਰ ਕੋਈ ਨਹੀਂ ਆ ਸਕਦਾ ਸਡਨਲੀ ਅ ਥੌਟ ਕੇਮ ਟੂ ਹਿਮ ਬੈਂਡਿੰਗ ਡਾਊਨ ਹੀ ਪੁਸ਼ਡ ਹਿਸ ਹੈਂਡ ਤੇ ਉਹਦੇ ਦਿਮਾਗ 'ਚ ਥੌਟ ਥੌਟ ਮਤਲਬ ਆਈਡੀਆ ਆਇਆ ਉਹਦੇ ਦਿਮਾਗ 'ਚ ਬੈਂਡਿੰਗ ਡਾਊਨ ਚੁੱਕਿਆ ਬੈਂਡਿੰਗ ਮਤਲਬ ਝੁਕਣਾ ਜਿਹੜੇ ਬਟਾ ਮੈਂ ਤੁਹਾਨੂੰ ਨਾਲ ਨਾਲ ਅੰਡਰਲਾਈਨ ਕਰਕੇ ਵਰਡ ਸਪੈਸ਼ਲੀ ਦੱਸਦਾ ਉਹ ਲਿਖਨੇ ਸਾਰੇ ਅੰਡਰਲਾਈਨ ਵਾਲਿਆਂ ਨੂੰ ਕੁਝ ਵੀ ਲਿਖਣਾ ਜਿਹਦੇ ਮੈਂ ਨਾਲ ਨਾਲ ਤੁਹਾਨੂੰ ਵਰਡ ਬੋਲਾਂਗਾ ਜਿਵੇਂ ਥੌਟ ਦਾ ਮਤਲਬ ਆਈਡੀਆ ਬੈਂਡਿੰਗ ਦਾ ਮਤਲਬ ਝੁਕਣਾ ਬੈਂਡਿੰਗ ਡਾਊਨ ਹੀ ਪੁਸ਼ਡ ਹਿਸ ਹੈਂਡ ਐਸ ਫਾਰ ਐਸ ਹੀ ਕੁਡ ਤੇ ਫਿਰ ਮੈਂ ਤਾਂ ਐਵੇਂ ਤੁਹਾਨੂੰ ਦੱਸਿਆ ਕਿ ਉਹਨੇ ਆਪਣੀ ਬਾਹ ਅੰਦਰ ਵਾਰਤੀ ਹੋਲ ਦੇ ਥਿਸ ਸਟਾਪਡ ਦਾ ਵਾਟਰ ਪਾਣੀ ਰੁਕ ਗਿਆ ਬਟ ਬਟ ਇਟ ਆਲਸੋ ਮੀਨਡ ਥੈਟ ਹੀ ਮਸਟ ਸਟੇ देयर ਟੀਲਡ ਹੈਲਪ ਕਮਿੰਗ ਇਹਦਾ ਮਤਲਬ ਇਹ ਵੀ ਸੀ ਕਿ ਉਹਨੂੰ ਉਹਨੇ ਚਿਰ ਉੱਥੇ ਰੁਕ ਐਨ ਆਰ ਵੈਂਟ ਬਾਈ ਐਂਡ ਆਲਦੋ ਹੀ ਵਾਚਡ ਅਲੋਂਗ ਦਾ ਡਾਈਕ ਨੋ ਵਨ ਪਾਸਡ ਕਹਿੰਦੇ ਇੱਕ ਘੰਟਾ ਬੀਤ ਗਿਆ ਉਹਦੇ ਕੰਨ ਦੇ ਲੱਗੋਂ ਕੋਈ ਨਹੀਂ ਆਇਆ ਠੀਕ ਹੈ ਐਂਡ ਅਗੇਨ ਐਂਡ ਅਗੇ ਹੀ ਸ਼ਾਊਟਡ ਫੇਅਰ ਪਰ ਬਰ ਉਹ ਚੀਕਦਾ ਪਿਆ ਸੀ ਬਟ ਨੋ ਵਨ ਹਰਡ ਹਿਮ ਸ਼ਾਊਟਡ ਮਤਲਬ ਕਿ ਉਹ ਮਦਦਲੀ ਆਵਾਜ਼ ਦਿੰਦਾ ਪਿਆ ਸੀ ਪਰ ਕੋਈ ਵੀ ਕਿਸੇ ਨੇ ਉਹਦੀ ਆਵਾਜ਼ ਨਹੀਂ ਸੁਣੀ ਕਿਉਂਕਿ ਲੱਗੇ ਕੋਈ ਨਹੀਂ ਹੈਗਾ ਸੀ his hand and arm grew very stiff and cold ਤਾਂ ਦੱਸਿਆ ਨਾ ਜਿਵੇਂ ਉਹਨੇ ਉੱਥੇ ਹੱਥ ਰੱਖਿਆ ਫਿਰ ਪਾਣੀ ਲੱਗਦਾ ਠੰਡਾ ਹੀ ਪਾਣੀ ਤੁੰਦੀ ਬਾਹ ਸੋਨੂਗੀ ही वॉज लोनली एंड टायर्ड जट ही वुड नॉट लीव दिस पोस्ट कहते थक तो चुका स टायर्ड मतलब थकना ठीक है ये भी लिखना मतलब जट ही वुड नॉट लीव हिज पोस्ट पर वो जगह नहीं छता से क्योंकि वह डेंजरस ड्यूरिंग दिस टाइम हिज मदर एंड हैज बीन एन एक्सली वेटिंग फॉर हिम एंड एनैक्सली मतलब चिंता करनी ठीक है ਵੇਟਿੰਗ ਫਾਰ ਹਿਮ ਬਟ ਵੈਨ ਡਾਰਕਨੈਸ ਕੇਮ ਸ਼ੀ ক্লোਜ਼ ਐਂਡ ਲੌਕ ਦਾ ਕਾਟੇਜ ਡੋਰ ਕਹਿੰਦੇ ਜਦੋਂ ਨੇਰਾ ਆਇਆ ਕਿਉਂ ਉਹਨੇ ਆਪਣਾ ਕੰਨ ਜਿਹੜਾ ਦਰਵਾਜ਼ਾ ਬੰਦ ਕਰਤਾ ਉਹਨੂੰ ਲੱਗਾ ਕਿ ਪੀਟਰ ਜਿਹੜਾ ਹੈ ਉਹ ਹੈਂਸ ਦੇ ਘਰੇ ਹੀ ਰੁਕ ਗਿਆ ਹੋਊਗਾ ਇਨ ਦਾ ਮਾਰਨਿੰਗ ਵੈਨ ਹੀ ਰਿਟਰਨ ਸ਼ੀ ਵੁੱਡ ਸਕੋਲਡ ਹਿਮ ਫਾਰ ਸਟੇਇੰਗ ਅਵੇ ਫਰਮ ਹੋਮ ਵਿਦਆਊਟ ਪਰਮਿਸ਼ਨ ਤੋਂ ਉਹਨੇ ਇਹ ਸੋਚਿਆ ਕਿ ਜਦੋਂ ਆਊਗਾ ਸਵੇਰੇ ਮੈਂ ਇਹਨੂੰ ਗੁੱਸੇ ਹੋਊਗੀ ਕਿ ਤੂੰ ਮੇਰੀ ਪਰਮਿਸ਼ਨ ਤੋਂ ਬਗੈਰ ਉਹਦੇ ਘਰੇ ਕਿਉਂ ਰਹਿ ਪਿਆ ਹੈਂਸ ਦੇ ਵਟ ਵਾਸ ਹੈਪਨਿੰਗ ਟੂ ਪੂਰ ਪੀਟਰ ਹੋਇਆ ਕਿ ਸੀ ਅਸਲ ਜਪੂਰ ਮਲਕੀ ਪੂਰ ਪੀਟਰ ਕਿਉਂਕਿ ਪੂਰ ਪੀਟਰ ਨੂੰ ਆਪਾਂ ਖੋਇਆ ਕੀ ਹਸਲ ਦੇ ਵਿੱਚ ਦਾ ਹੁਣ ਉਹਦੇ ਨਾਲ ਕੀ ਹੋ ਰਿਹਾ ਸੀ ਉਧਰ ਪੀਟਰ ਵੱਲ ਦਾ ਹਰ ਸਪਾਸ ਜੰਦ ਇਨ ਦਾ ਡਾਰਕਨੈਸ ਆਫ ਦਾ ਨਾਈਟ ਹੀਸ ਕਰਸਲੀ ਨਿਊ ਵਟ ਟੂ ਡੂ ਕਹਿੰਦੇ ਹੁਣ 2 ਘੰਟੇ ਲੰਘੀ ਜਾਂਦੇ ਸੀ ਹਨੇਰਾ ਛਾਈ ਜਾਂਦਾ ਸੀ ਤੇ ਹੁਣ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਕਰਨਾ ਕੀ ਹੈ ਹੀ ਟ੍ਰਾਈ ਟੂ ਵਿਸਲ ਉਹ ਮਲਕ ਸੀਟੀਆਂ ਮਾਰੇ ਵਾਜਾਂ ਮਾਰੇ ਪਰ ਕੋਈ ਨਾ ਸੁਨੇ ਬਟ ਹਿਸ ਟੀਥ ਚੈਟਰਡ ਦੰਦੋਂ ਦੇ ਕੰਬੀ ਜਾਂਦੇ ਸਨ ਵਿਦ ਦਾ ਕੋਲ ਠੰਡ ਕਿਉਂ ਇੰਨੀ ਹੀ ਹੀ ਥੌਟ ਆਫ ਦਾ ਫੈਮਿਲੀ ਐਟ ਹੋਮ ਇਨ देयर ਵਾਰਮ ਬੈਡਸ ਉਹ ਆਪਣੇ ਮੰਮੀ ਪਾਪਾ ਨੂੰ ਯਾਦ ਕਰ ਰਿਹਾ ਸੀ ਕਿ ਉਹ ਗਰਮੀ 'ਚ ਮਲਕ ਹੀਟਰ ਵਗੈਰਾ ਚਲਾ ਕੇ ਬੈਠੇ ਹੋਣੇ ਮੈਂ ਇੱਥੇ ਠੰਡ 'ਚ ਮਰਨਾਂ ਆਈ ਮਸਟ ਨੋਟ ਲੈਟ ਥੈਮ ਬੀ ਡਰੌਨ ਉਹਨੂੰ ਯਾਦ ਆਉਂਦਾ ਕਿ ਉਹ ਵਿਚਾਰੇ ਦੀ ਵਿਦਿਆ ਨੀਦਰਲੈਂਡ ਦੇ ਤੇ ਮੈਂ ਜੇ ਇਹ ਜਗਾ ਨਹੀਂ ਛੱਡ ਸਕਦਾ ਕਿਉਂਕਿ ਅਗਰ ਮੈਂ ਜਗਾ ਛੱਡਤੀ ਪਾਣੀ ਸਾਰਾ ਲੀਕ ਹੋ ਕੇ ਸਾਰੇ ਘਰਾਂ ਵਿੱਚ ਚਲ ਜਾਨਾ ਤੇ ਡੁੱਬ ਜਾਣਗੇ ਹੀ ਸੈਡ ਟੂ ਹਿਮਸੈਲਫ ਉਹਨੇ ਆਪਣੇ ਆਪ ਨੂੰ ਕਿਹਾ ਇਫ ਇਵਨ ਆਈ ਇਫ ਆਈ ਹੈਵ ਟੂ ਸਟੇ देयर 올 ਨਾਈਟ ਕਹਿੰਦਾ ਕਿ ਭਾਵੇਂ ਮੈਨੂੰ ਸਾਰੀ ਰਾਤ ਰਹਿਣਾ ਪਵੇ ਮੈਂ ਇੱਥੇ ਰਹੂੰਗਾ ਦਾ ਮੂਨ ਐਂਡ ਸਟਾਰਸ ਲੁੱਕਡ ਡਾਊਨ ਓਨ ਦਾ ਬਰੇਵ ਬਾਈ ਕਰਾਊਚਿੰਗ ਅਗੇਂਸਟ ਦਾ ਡਾਈਕ ਹਿਸ ਹੈਡ ਵਾਸ ਬੈਂਟ ਐਂਡ ਹਿਸ ਆਈਜ਼ ਔਰ ਕਲੋਜ਼ਡ ਕਹਿੰਦੇ ਹੁੰਦਾ ਸਿਰ ਝੁਕਿਆ ਪਿਆ ਸੀ ਅੱਖਾਂ ਬੰਦ ਹੋਣਦੀਆਂ ਸੀ ਬਟ ਹੀ ਵਾਸ ਨੋਟ ਸਲੀਪ ਪਰ ਉਹ ਸੌਂਦਾ ਨਹੀਂ ਪਿਆ ਸੀ ਉਹਨੂੰ ਡਰ ਲੱ ਐਵਰੀ ਨਾਉ ਐਂਡ ਅਗੇਨ ਟਾਈਮ ਵੇਖ ਲਈਏ ਕਿੰਨਾ ਕੋ ਰਿਹਾ ਆਪਣਾ ਕੋਈ ਗੱਲ ਨਹੀਂ ਸਾਰਾ ਚੈਪਟਰ ਕਰ ਹੀ ਲੈਨੇ ਆ ਐਵਰੀ ਨਾਉ ਐਂਡ ਅਗੇਨ ਹੀ ਊਡ ਸ਼ਾਊਟ ਫਾਰ ਹੈਲਪ ਹੁਣ ਜਦੋਂ ਵੀ ਉਹਦਾ ਮਤਲਬ ਕਿ ਉਹਨੂੰ ਥੋੜਾ ਜਿਹਾ ਸੂਰਤ ਆਉਂਦੀ ਸੀ ਥੋੜਾ ਠੀਕ ਹੁੰਦਾ ਸੀ ਫਿਰ ਚੀਕਾ ਮਾਰਦਾ ਸੀ ਫਿਰ ਮਦਦ ਲਈ ਬੁੰਦਾ ਸੀ ਪਰ ਬਟ ਇਨ ਆਲ ਵੇਨ ਬਟ ਆਲ ਇਨ ਵੇਨ ਪਰ ਵਿਅਰਥ ਹੀ ਜਾਂਦਾ ਹੈ ਸਾਰਾ ਠੀਕ ਹੈ ਵੇਨ ਦਾ ਮਤਲਬ ਤਲੇ ਲਿਖਿਆ ਹੈ ਇੰਗਲਿਸ਼ ਉਹ ਤਾਂ ਪੰਜਾਬੀ ਦਾ ਮਤਲਬ ਹੁੰਦਾ ਕਿ ਫालतू ਚਲ ਜਾਂਦਾ ਹੈ ਉਹਦਾ ਰੌਲਾ ਪਾਇਆ ਅਰਲੀ ਨੈਕਸਟ ਮਾਰਨਿੰਗ ਆ ਪੋਸਟਮੈਨ ਹੂ ਵਾਸ ਗੋਇੰਗ ਟੂ ਹਿਸ ਵਰਕ ਇੱਕ ਪੋਸਟਮੈਨ ਜਿਵੇਂ ਤੁਹਾਨੂੰ ਦੱਸਿਆ ਨਾ ਇੱਕ ਪੋਸਟਮੈਨ ਹੁੰਦਾ ਜੀ ਡਾਕੀਆ ਹੁੰਦਾ ਹੂ ਵਾਸ ਉਹ ਆਪਣੇ ਕੰਮ ਚੱਲਿਆ ਸੀ ਥੌਟ ਹੀ ਹਰਡ ਅ ਗਰੋਨ ਉਹਨੂੰ ਲੱਗਦਾ ਕਿ ਕੋਈ ਕੋਈ ਚੀਕ ਆਵਾਜ਼ ਸੁਣਦੀ ਹੈ ਕਿ ਕੋਈ ਚੀਕ ਮਾਰਨ ਦੇ ਆ देयर बाय द साइड ऑफ द डाइक कान दे नाल ही सा बॉय विद हिज हैंड थ्रस्ट इनटू अ होल ओने देखया कि कोई बच्चा जेड़ा है अपनी बाह जेड़ी है होल दे विच वड़ के बैठा है द मैन शाउटेड टू सेवरल मैन मैन फिर आवाज मारदा है और बंदे सादेदा है ठीक है who were following behind him ਫਿਰ ਉਹ ਉਹਦੇ ਮਗਰ ਆਉਂਦੇ ਐਂਡ ਦੇ ਰੈਨ ਟੂ ਦਾ ਬੋਇਸ ਅਸਿਸਟੈਂਟ ਉਹ ਜਿਹੜੇ ਕੁਝ ਆ ਬੋਇਸ ਦੀ ਅਸਿਸਟੈਂਸ ਸਿਸਟਮ ਨਾਲ ਮਦਦ ਕਰ ਲਈ ਅਸਿਸਟੈਂਸ ਹੈਲਪ ਕਰ ਲਈ ਠੀਕ ਆ ਇਹਦਾ ਮਤਲਬ ਵੀ ਲਿਖਣਾ ਤੁਸੀਂ ਹੈਲਪ ਬਸ ਲਿਖਿਆ ਹੋਣਾ ਥੱਲੇ ਵੈਰੀ ਟੈਂਡਰਲੀ ਦੇ ਲਿਫਟਡ ਹਿਮ ਅਪ ਐਂਡ ਰਬਡ ਹਿਸ ਆਰਮ ਜਲਦੀ ਜਲਦੀ ਉਹਨਾਂ ਨੇ ਕੀ ਕੀਤਾ ਉਹਦੇ ਉਹਨੂੰ ਚੁੱਕਿਆ ਐਂਡ ਉਹਦੀ ਆਮ ਨੂੰ ਥੋੜਾ ਜਿਹਾ ਰਬ ਕੀਤਾ ਮਸਾਜ ਕੀਤੀ ਕਿ ਜਿਹੜੀ ਬਾਹ ਠੰਡੀ ਥੋੜੀ ਗਰਮ ਹੋ ਜੇ ਸਮ ਆਫ ਦਾ ਮੈਨ ਸੈਟ ਟੂ ਵਰਕ ਐਟ ਵਾਂਸ ਟੂ ਮੈਂਡ ਦਾ ਡਾਈਕ ਕੁਝ ਜਾਣੇ ਜਿਹੜੇ ਹੀ ਉਸ ਛੇਕ ਨੂੰ ਬੰਦ ਕਰ ਲਾਪੇ ਮੈਂਡ ਦਾ ਡਾਈਕ ਮਤਲਬ ਉਹਨੂੰ ਰਿਪੇਅਰ ਕਰ ਲਾਪੇ ਮੈਂਡ ਮਤਲਬ ਰਿਪੇਅਰ ਡਾਈਕ ਨੂੰ ਡਾਈਕ ਵਾਂਸ ਟੂ ਮੈਂਡ ਦਾ ਡਾਈਕ ਮਤਲਬ ਕਿ ਜਿਹੜਾ ਹੋਲ ਸੀ ਉਹਨੂੰ ਬੰਦ ਕਰ ਲਾਪੇ ਅਦਰਸ ਕੈਰੀ ਦਾ ਲੈਟਰ ਹੀਰੋ ਹੋਮ ਐਜ਼ ਹੀ ਵਾਸ ਟੂ ਵੀਕ ਇਵਨ ਟੂ ਵਾਕ ਕਹਿੰਦੇ ਹੁਣ ਵੇਖੋ ਬੱਚਾ ਵਿਚਾਰਾ ਸਾਰੀ ਰਾਤ ਤਾਂ ਉੱਥੇ ਬੈਠਾ ਰਿਹਾ ਹਨਾ ਰੋਟੀ ਵੀ ਨਹੀਂ ਮਿਲੀ ਉਹਨੂੰ ਜੇ ਤੁਸੀਂ ਵੀ ਜੋ ਤੁਸੀਂ ਵੀ ਖਾਣਾ ਬੇਟਾ ਖਾਇਆ ਕਰਨਾ ਹੈ ਵੇਖੋ ਬੰਦਾ ਵੀਕ ਹੋ ਜਾਂਦਾ ਜੇ ਰੋਟੀ ਨਹੀਂ ਖਾਂਦੇ ਆਪਾਂ ਖਾਣਾ ਨਹੀਂ ਨਾ ਖਾਂਦੇ ਫਿਰ ਵੀਕ ਹੋ ਗਿਆ ਤੇ ਰਾਤੀ ਵੀ ਖਾਣਾ ਖਾ ਕੇ ਸੋਣਾ ਮम्मी-ਪਾਪਾ ਦੇ ਨਾਲ ਠੀਕ ਹੈ ਅਦਰ ਕੈਰੀਡ ਦਾ ਲੈਟਰ ਹੀਰੋ ਹੋਮ ਬਾਕੀ ਜਿਹੜੇ ਹੀ ਦੋ ਚਾਰ ਜਾਨੇ ਉਹ ਬੱਚੇ ਨੂੰ ਹੋਮ ਲੈ ਕੇ ਕਿਉਂਕਿ ਉਹ ਖੁਦ ਚੱਲ ਵੀ ਨਹੀਂ ਸਕਦਾ ਇਨੋ ਵੀਕ ਹੋ ਗਿਆ ਸੀ ਠੀਕ ਹੈ ਵਾਕ ਮਤਲਬ ਚੱਲਣਾ ਲੱਕੀਲੀ ਆਫਟਰ ਅ ਫਿਊ ਡੇਜ਼ ਇਨ ਬੈਡ ਪੀਟਰ ਵਾਸ ਆਲ ਰਾਈਟ ਅਗੇਨ ਕੁਝ ਸੀ ਫਿਰ ਜਦੋਂ ਨੇ ਕੁਝ ਦਿਨ ਤਿੰਨ ਚਾਰ ਦਿਨ ਰੈਸਟ ਕੀਤੀ ਤੇ ਫਿਰ ਉਹ ਫਿਰ ਠੀਕ ਹੋ ਗਿਆ ਦਾ ਪੀਪਲ ਆਫ ਦਾ ਵਿਲੇਜ ਵਰ ਵੈਰੀ ਪ੍ਰਾਊਡ ਆਫ ਹਿਮ ਐਂਡ ਦੇ ਲਵਡ ਟੂ ਟੈਲ ਦਾ ਸਟੋਰੀ ਕਿੰਨੇ ਦੇ ਪੀਪਲ ਆਫ ਦਾ ਵਿਲੇਜ ਵਰ ਜਿਹੜੇ ਪਿੰਡ ਦੇ ਉਹ ਤੇ ਲੋਕ ਸੀ ਉਹ ਵਰ ਵੈਰੀ ਪ੍ਰਾਊਡ ਆਫ ਬਹੁਤ ਗਰਵ ਸੀ ਪ੍ਰਾਊਡ ਮਤਲਬ ਗਰਵ ਹੋਣਾ ਠੀਕ ਹੈ ਮਾਣਨਾ ਪੰਜਾਬੀ ਚ ਮਾਣ ਹਿੰਦੀ ਦੇ ਵਿੱਚ ਗਰਵ ਠੀਕ ਹੈ ਐਂਡ ਦੇ ਇਹਦਾ ਮਤਲਬ ਇਹ ਦੋਵੇਂ ਆਫ ਹਿਮ ਐਂਡ ਦੇ ਲਵ ਟੂ ਟੈਲ ਦਾ ਸਟੋਰੀ ਆਫ ਹਾਊ ਲਿਟਲ ਪੀਟਰ ਸੇਵਡ ਦਾ ਵਿਲੇਜ ਤੇ ਫਿਰ ਉਹ ਬਹੁਤ ਖੁਸ਼ ਹੁੰਦੇ ਆ ਜਦੋਂ ਵੀ ਕਿਸੇ ਨੂੰ ਸਟੋਰੀ ਸੁਣਾਉਂਦੇ ਆ ਕਿ ਕਿਹ ਤਰ੍ਹਾਂ ਪੀਟਰ ਨੇ ਸਾਡੇ ਪਿੰਡ ਦੀ ਸੁਰੱਖਿਆ ਕੀਤੀ ਠੀਕ ਹੈ ਇਹ ਹੈ ਗਿਆ ਆਪਣੇ ਕਹਾਣੀ ਦਾ ਐਂਡ ਤੇ ਕਹਾਣੀ ਦੇ ਐਂਡ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਠੀਕ ਹੈ ਤੇ ਹੁਣ ਤੁਹਾਨੂੰ ਪ੍ਰੋਪਰਲੀ ਦੱਸਤਾ ਹੁਣ ਨਾ ਉਹ ਬੜਾ ਆ ਗਿਆ ਤੁਹਾਡੇ ਵਰਡ मीनिंग ਜਿਹੜੇ ਮੈਂ ਪੰਜਾਬੀ ਚ ਦੱਸਿਆ ਉਹਨਾਂ ਦੇ ਅਗਰੇੰਦੇ ਵਿੱਚ ਵੀ ਹੈਗੇ ਆ ਤੇ ਉਹਨਾਂ ਦੇ ਸਾਹਮਣੇ ਪੰਜਾਬੀ ਚ ਲਿਖੋਗੇ ਅਗਰ ਨਹੀਂ ਬਾਕੀ ਸਾਰੇ ਇੰਗਲਿਸ਼ ਠੀਕ ਹੈ ਆ ਸਾਰੇ ਕਰਨੇ ਆ ਸੈਂਡ ਡਿਊਨਸ ਡਾਈਕ ਕੋਟੇਜ ਘਰ ਡਿਲੇਟਿਡ ਵੈਰੀ ਹੈਪੀ ਐਰੰਡ ਸਮਾਲ ਜਰਨੀ ਵੋਏਜ ਟੈਰੀਬਲ ਅਰਥਕਵਿਕ ਡੈਸ਼ਿੰਗ ਟਿਨੀ ਟਾਈਨੀ ਜਾਂ ਟਿਨੀ ਕੁਝ ਬੋਲ ਐਨੈਕਸਲੀ विसल चैटरड स्टिफ क्रॉचिंग uh, वे इन ग्रोन असिस्टेंट टेंडरली सारे ਤੁਸੀਂ ਵਰਡ ਕਾਪੀ ਤੇ ਲਿਖਣੇ ਆ ਪਹਿਲਾ ਤੁਹਾਡਾ ਕੰਮ ਆ ਹولندا ਇਜ਼ ਵਨ ਆਫ ਦਾ ਵਰਲਡਸ ਗ੍ਰੇਟੈਸਟ ਇਥੇ ਕੀ ਸੀ ਹولندا ਜਿਹੜਾ ਇਹ ਸਭ ਤੋਂ ਵੱਡਾ ਵਰਲਡਸ ਗ੍ਰੇਟੈਸਟ ਕੀ ਆ ਉਹ ਵੰਡਰਸ ਦੇ ਵਿੱਚ ਆਉਂਦਾ ਠੀਕ ਆ 1 ਪੀਟਰਸ ਮਦਰ ਕਾਲਡ ਹਿਮ ਫਰਮ ਪਲੇਨ 1 ਇਵਨਿੰਗ ਕਿ ਆਫਟਰਨੂੰ ਕਿ ਮਾਰਨਿੰਗ ਤੁਸੀਂ ਯਾਦ ਕਰੋ ਉਥੇ ਕੀ ਸੀ ਆਫਟਰਨੂੰ ਸੀ ਨਾ ਇਹਨਾਂ ਮੈਟ੍ਰਿਕ ਨਹੀਂ ਕਰਨਾ ਤੁਸੀਂ ਹੈਪੀ ਕਰੋ ਪੀਟਰ ਵਾਸ ਡੈਸ਼ ਠੀਕ ਹੈ ਆ ਪੰਜੇ ਫਿਲਿੰਗ ਦੀ ਬਲੈਂਕਸ ਇਹ ਤੁਹਾਡਾ ਹੋਮਵਰਕ ਹੈ ਫਿਲਿੰਗ ਦ ਬਲੈਂਕਸ ਚੂਜ਼ਿੰਗ ਦ ਕਰੈਕਟ ਚਲੋ ਇਹ ਬਾਅਦ ਚ ਕਰਾਂਗੇ ਠੀਕ ਹੈ ਇੱਥੋਂ ਤੱਕ ਤੁਸੀਂ ਹੋਮਵਰਕ ਮੈਨੂੰ ਇੱਕ ਇਹ ਭੇਜਣਾ ਬੇਟਾ ਇੱਕ ਮੈਨੂੰ ਵਰਡ ਮੀਨਿੰਗ ਕਰਕੇ ਭੇਜਣੇ ਇਹ ਵੀ ਤੁਹਾਡਾ ਹੋਮਵਰਕ ਹੈ ਠੀਕ ਹੈ ਤੇ ਐਂਡ ਆ ਜਿਹੜੇ ਪੰਜਾਬੀ ਚ ਲਿਖਾਏ ਇਹ ਵੀ ਤੁਹਾਡਾ ਹੋਮਵਰਕ ਹੈ ਐਂਡ ਇਹਨੂੰ ਤੁਸੀਂ ਰੀਡ ਕਰਨਾ ਹੈ ਤੇ ਜੇ ਅਗਰ ਸਟੋਰੀ ਚ ਕੁਝ ਪ੍ਰੋਬਲਮ ਆਈ ਹੈ ਨਹੀਂ ਸਮਝ ਲੱਗ ਰਹੀ ਤੇ ਮੈਨੂੰ ਪੁੱਛ ਲੈਣਾ ਠੀਕ ਹੈ ਓਕੇ So, thank you so much.